ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਆਪਾਂ 6.3 ਐਕਸਰਸਾਈਜ਼ ਕਰਦੇ ਪਏ ਸੀਗੇ, ਉਹਦਾ 10th ਸਮ ਦੇਖਣ ਅੱਗੇ। ਇਹ 'ਚ ਕਹਿ ਰਿਹਾ CD ਅਤੇ GH ਕ੍ਰਮਵਾਰ ਐਂਗਲ ACB ਅਤੇ EFG ਦੇ ਅਜਿਹੇ ਸਮ ਤੋਂ ਭਾਜਕ ਹਨ ਕਿ ਬਿੰਦੂ D ਅਤੇ H ਕ੍ਰਮਵਾਰ ਟ੍ਰਾਇੰਗਲ ABC ਅਤੇ ਟ੍ਰਾਇੰਗਲ FEG ਦੀਆਂ ਭੁਜਾਵਾਂ AB ਅਤੇ FE ਉੱਤੇ ਸਥਿਤ ਹਨ। ਜੇਕਰ ਟ੍ਰਾਇੰਗਲ ABC ਸਮਰੂਪ ਹੋਵੇ ਟ੍ਰਾਇੰਗਲ FEG ਦੇ ਤਾਂ ਦਿਖਾਓ CD/GH AC/FG ਅਤੇ ਆਹ ਸਭ ਕੁਝ ਪ੍ਰੂਵ ਕਰਨਾ ਹੈ ਆਪਾਂ। ਠੀਕ ਹੈ ਜੀ, ਤਾਂ ਪਹਿਲਾਂ ਕੁਸ਼ਚਨ ਨੂੰ ਆਪਾਂ ਬਣਾ ਕੇ ਦੇਖਦੇ ਹਾਂ ਸਾਡੇ ਕੋਲ ਕੀ ਕੀ ਹੈਗਾ ਹੈ। ਤਾਂ 6.3 ਆਪਾਂ ਕਰਦੇ ਪਏ ਸੀਗੇ, ਅਤੇ ਸਾਡਾ ਜਿਹੜਾ ਕੁਸ਼ਚਨ ਨੰਬਰ ਹੈ ਇਹ ਹੈਗਾ ਹੈ 10th। ਠੀਕ ਹੈ ਜੀ, ਤਾਂ ਉਹ ਕਹਿੰਦਾ ਵੀ CD ਅਤੇ GH ਕ੍ਰਮਵਾਰ ABC ਦੇ ਸਮ ਤੋਂ ਭਾਜਕ ਹਨ। ਤਾਂ ਪਹਿਲਾਂ ਆਪਾਂ ਮੰਨ ਲੈਂਦੇ ਹਾਂ ਦੋ ਟ੍ਰਾਇੰਗਲ ਬਣਾ ਲੈਂਦੇ ਹਾਂ। ਦੋ ਤ੍ਰਿਭੁਜਾਂ ਦੇ ਵਿੱਚ ਸਾਡੇ ਕੋਲ ਕੀ ਹੈ, ਕਹਿੰਦਾ ਵੀ CD ਅਤੇ GH CD ਅਤੇ ਦੂਜਾ ਮੇਰੇ ਕੋਲ ਕੀ ਆ ਗਿਆ GH, ਕੀ ਨੇ ਇਹ ਐਂਗਲ ACB ਕ੍ਰਮਵਾਰ ਐਂਗਲ ACB ਅਤੇ FEG ਦੇ ਸਮ ਤੋਂ ਭਾਜਕ ਨੇ। ਉਹਨੇ ਕਿਹਾ ਸੀ ਐਂਗਲ ACB ਦੇ ਸਮ ਤੋਂ ਭਾਜਕ ਨੇ, ਤਾਂ ਐਂਗਲ C ਨੂੰ ਅਤੇ ਇਹਦੇ ਵਿੱਚ ਐਂਗਲ G ਨੂੰ ਕੀ ਕਰਨਾ ਚਾਹੀਦਾ, E। ਠੀਕ ਹੈ ਜੀ, ਦੂਜੀ ਮੇਰੇ ਕੋਲ ਕੀ ਹੈ EGF, ਇਸ ਤਰੀਕੇ ਨਾਲ ਇੱਥੇ ਤੁਸੀਂ E ਲੈ ਸਕਦੇ ਹੋ, EGF ਕਿਹਾ ਉਹਨੇ। ਚਾਹੇ ਤੁਸੀਂ EGF ਇੱਧਰ ਲੈ ਲਓ, ਭਾਵੇਂ EGF ਇੱਥੇ ਲੈ ਲਓ, ਠੀਕ ਹੈ, ਕੋਈ ਫਰਕ ਨਹੀਂ ਪੈਂਦਾ। ਭਾਵੇਂ ਪਰ ਉਹਨੇ ਇਹ ਮੇਨ ਚੀਜ਼ ਇਹ ਕਹੀ ਸੀਗੀ ਕਿ ਜਿਹੜਾ ਐਂਗਲ ACB ਐਂਗਲ ACB ਅਤੇ ਐਂਗਲ EGF ਦੇ ਕੀ ਨੇ, ਸਮ ਦੋ ਭਾਜਕ। ਠੀਕ ਹੈ, ਸਮ ਦੋ ਭਾਜਕ ਕੀ ਹੁੰਦਾ ਹੈ, ਸਮ ਦੋ ਭਾਜਕ ਇੱਕ ਰੇਖਾ ਹੁੰਦੀ ਆ। ਠੀਕ ਹੈ ਜੀ, ਇਹ ਸਮ ਦੋ ਭਾਜਕ ਰੇਖਾ ਹੁੰਦੀ ਆ। ਜੇ ਇੱਕ ਰੇਖਾ, ਮੰਨ ਲਓ ਕੋਈ ਮੈਂ ਇੱਕ ਰੇਖਾ ਖਿੱਚਦਾ ਇੱਦਾਂ, ਉਹ ਰੇਖਾ ਹੀ ਉਸ ਰੇਖਾ ਨੂੰ ਦੋ ਭਾਗਾਂ 'ਚ ਬਣਦੀ ਹੈ। ਮੰਨ ਲਓ ਇੱਕ ਇੱਥੇ ਪੁਆਇੰਟ ਲੈ ਲਿਆ A to B। ਠੀਕ ਹੈ ਜੀ, ਉਹ ਤੋਂ ਮੈਂ ਇੱਕ ਰੇਖਾ ਖਿੱਚੀਤੀ, ਤਾਂ ਇਹ ਰੇਖਾ ਨੇ ਇਹ ਰੇਖਾ ਨੂੰ ਕੀ ਕੱਟਤਾ, ਇੱਥੋਂ ਕੱਟ ਕੇ ਚਲੀ ਗਈ, ਦੋ ਭਾਗਾਂ 'ਚ ਚਲੀ ਗਈ। ਤਾਂ ਜਿਹੜੀ ਇਹ ਰੇਖਾ ਹੈ, ਇਹ ਰੇਖਾ ਮੇਰੇ ਕੋਲ ਕੀ ਆ, ਸਮ ਦੋ ਭਾਜਕ ਹੈ। ਠੀਕ ਹੈ ਜੀ, ਅਸੀਂ ਇਹਨੂੰ ਬੋਲ ਦਿੰਦੇ ਹਾਂ ਲਾਈਨ ਬਾਈ ਸੈਕਟਰ। ਜੇ ਮੇਰੇ ਕੋਲ ਇੱਕ ਐਂਗਲ ਆ, ਮੰਨ ਲਓ ਇੱਥੇ ਮੇਰੇ ਕੋਲ ਐਂਗਲ ਹੈ ਕੋਈ 60 ਡਿਗਰੀ ਦਾ, ਠੀਕ ਹੈ ਜੀ, ਆਹ ਵਾ ਇਗਜ਼ਾਮਪਲ ਦੇ ਲਈਏ, ਕੋਈ ਐਂਗਲ 60 ਡਿਗਰੀ ਦਾ, ਇੱਕ ਮੈਂ ਇਹ ਮੇਰੇ ਕੋਲ ਇੱਥੋਂ ਸਟਾਰਟ ਹੁੰਦਾ ਏ, ਇੱਥੇ ਮੇਰੇ ਕੋਲ ਬੀ, ਇੱਥੇ ਮੇਰੇ ਕੋਲ ਕੀ ਹੈ ਸੀ, ਇੱਥੋਂ ਇੱਕ ਰੇਖਾ ਵਿੱਚੋਂ ਕੱਟ ਕੇ ਜਾਂਦੀ ਹੈ ਇਹਦੇ। ਠੀਕ ਹੈ ਜੀ, ਇੱਕ ਆ ਰੇਖਾ ਖਿੱਚੀ ਹੈ ਮੈਂ, ਇਹ ਰੇਖਾ ਮੇਰੇ ਕੋਲ ਕੀ ਹੈ, ਮੰਨ ਲਓ ਐਲ, ਇਹ ਇੱਥੋਂ ਸੈਂਟਰ ਪੁਆਇੰਟ ਤੋਂ ਸਟਾਰਟ ਹੁੰਦੀ ਹੈ ਇੱਥੋਂ, ਅਤੇ ਇਹਨੂੰ ਕੱਟ ਕੇ ਜਾਂਦੀ ਹੈ 30 ਡਿਗਰੀ ਇਹਦੇ ਵਿੱਚੋਂ ਕੱਟ ਦਿੰਦੀ ਹੈ, 30 ਡਿਗਰੀ ਇਹਦੇ ਵਿੱਚੋਂ ਕੱਟ ਦਿੰਦੀ ਹੈ। ਠੀਕ ਹੈ ਨਾ, ਤਾਂ ਇਹਨੂੰ ਕੀ ਕਰਦਾ, ਇਹ ਜਿਹੜੀ ਰੇਖਾ ਹੈ ਹੁਣ, ਜਿਹੜੀ ਰੇਖਾ ਐਲ ਹੈ, ਇਹਦਾ ਨਾਮ ਕਿਸੇ ਰੱਖਾਂਗੇ, ਐਂਗਲ ਬਾਈ ਸੈਕਟਰ। ਠੀਕ ਹੈ ਜੀ, ਬਾਈ ਸੈਕਟਰ ਮਤਲਬ ਕੀ ਹੈ, ਸਮਾਨ ਦੋ ਭਾਜਕ, ਮਤਲਬ ਦੋ ਭਾਗਾਂ ਜਿਹਦੇ ਦੋ ਭਾਗ ਕਰ ਦੇਵੇ। ਠੀਕ ਹੈ, ਉਹ ਕੋਈ ਵੀ ਰੇਖਾ ਜਿਹੜੀ ਕਿਸੇ ਦੇ ਵੀ ਦੋ ਭਾਗ ਕਰ ਦੇਵੇ, ਉਹ ਸਾਡੇ ਕੋਲ ਕੀ ਹੁੰਦੀ ਆ, ਸਮ ਦੋ ਭਾਜਕ, ਮਤਲਬ ਬਾਈ ਸੈਕਟਰ। ਉਹ ਕੀ ਹੋ ਸਕਦੀ ਹੈ, ਬਾਈ ਸੈਕਟਰ ਕਿਹੜਾ ਹੋ ਸਕਦਾ, ਉਹ ਲਾਈਨ ਬਾਈ ਸੈਕਟਰ ਵੀ ਹੋ ਸਕਦਾ ਹੈ, ਅਤੇ ਉਹ ਕੀ ਹੋ ਸਕਦਾ ਹੈ, ਐਂਗਲ ਬਾਈ ਸੈਕਟਰ ਵੀ ਹੋ ਸਕਦਾ ਹੈ। ਕਲੀਅਰ ਜੀ, ਇਹਦੇ ਵਿੱਚ ਐਂਗਲ ਬਾਈ ਸੈਕਟਰ ਹੈ ਕੌਣ, CD। CD ਇੱਕ ਰੇਖਾ ਹੈ ਜਿਹੜੀ ਐਂਗਲ C ਦੀ ਸਮ ਤੋਂ ਭਾਜਕ ਹੈ, ਅਤੇ GH ਇੱਕ ਰੇਖਾ ਹੈ ਜਿਹੜੀ ਐਂਗਲ G ਦੀ ਸਮ ਤੋਂ ਭਾਜਕ ਹੈ। ਕਲੀਅਰ ਕੁਸ਼ਚਨ ਇਹ, ਅਤੇ ਬਿੰਦੂ D ਅਤੇ H 'ਤੇ ਕੀ ਨੇ ਇਹ ਸਥਿਤ ਹਨ। ਕਲੀਅਰ ਜੀ, ਕ੍ਰਮਵਾਰ ਟ੍ਰਾਇੰਗਲ ABC ਅਤੇ ਟ੍ਰਾਇੰਗਲ FEG ਦੀਆਂ ਭੁਜਾਵਾਂ AB ਅਤੇ FE ਉੱਤੇ ਸਥਿਤ ਹਨ। ਠੀਕ ਹੈ ਜੀ, ਅਤੇ ਜੇਕਰ ਟ੍ਰਾਇੰਗਲ ABC ਕੀ ਆ, ਟ੍ਰਾਇੰਗਲ ਉਹਨੇ ਕੁਸ਼ਚਨ ਦਿੱਤਾ, ABC ਸਿਮਿਲਰ ਆ ਟ੍ਰਾਇੰਗਲ FEG ਦੇ, ਮਤਲਬ ਟ੍ਰਾਇੰਗਲ ABC ਹੈ ਜਿਹੜੀ, ਇਹ ਸਿਮਿਲਰ ਹੈ FEG ਦੇ। ਅੱਛਾ, ਪਹਿਲੀ ਗੱਲ ਤਾਂ ਇਹ ਹੋ ਗਈ, ਜੇ ਟ੍ਰਾਇੰਗਲ ਸਿਮਿਲਰ ਹੋਏਗੀ ਹੈ ਨਾ, ਤਾਂ ਉਹਦੇ ਸਾਰੇ ਜਿਹੜੇ ਐਂਗਲ ਹੋਣਗੇ ਉਹ ਕੀ ਹੋਣਗੇ, ਸਮਾਨ ਬਰਾਬਰ ਹੋਣਗੇ। ਮਤਲਬ ਜਿਹੜਾ ਐਂਗਲ A ਹੋਏਗਾ ਉਹ ਐਂਗਲ F ਦੇ ਇਕੁਅਲ ਹੋਏਗਾ, ਹੈ ਨਾ ਜੀ। ਜਿਹੜਾ ਐਂਗਲ A ਹੈ, ਕਿਉਂਕਿ ਉਹਨੇ ਸਾਨੂੰ ਦਿੱਤਾ ਹੈ ਐਂਗਲ, ਜਿਹੜਾ ਉਹ ਕਿਹਦੇ ਇਕੁਅਲ ਹੋ ਜਾਏਗਾ, ਐਂਗਲ F ਦੇ। ਅਤੇ ਦੂਜੀ ਵਾਰ ਜਿਹੜਾ ਐਂਗਲ B ਹੈ ਉਹ ਕਿਹਦੇ ਇਕੁਅਲ ਹੋ ਜਾਏਗਾ, ਐਂਗਲ E ਦੇ। ਅਤੇ ਜਿਹੜਾ ਐਂਗਲ C ਹੈ ਉਹ ਕਿਹਦੇ ਇਕੁਅਲ ਹੋ ਜਾਏਗਾ, ਐਂਗਲ G ਦੇ। ਇਹ ਗੱਲ ਤਾਂ ਪੱਕੀ ਹੋ ਜਾਏਗੀ। ਉਹ ਤੋਂ ਬਾਅਦ ਜਿਹੜੀ ਸਾਈਡਸ ਦੀ ਰੇਸ਼ੋ ਹੋਏਗੀ, ਹੈ ਨਾ, ਜਿਹੜੀ ਸਾਈਡਸ ਦੀ ਰੇਸ਼ੋ ਵੀ, ਕਿਉਂਕਿ ਇਹ ਸਮਰੂਪ ਨੇ, ਮਤਲਬ AC/ ਜਿਹੜੀ ਮੈਂ FG ਲਊਂਗਾ, ਇਹ ਸਾਰੀਆਂ ਸਾਈਡਾਂ ਦੀ ਉਹ ਵੀ ਕੀ ਹੋ ਜਾਏਗੀ, ਸਮਰੂਪ ਹੋ ਜਾਏਗੀ। ਪਹਿਲਾਂ ਆਪਾਂ ਐਂਗਲ ਤੱਕ ਹੀ ਲੈ ਕੇ ਗੱਲ ਚੱਲਦੇ ਹਾਂ, ਠੀਕ ਹੈ। ਅਤੇ ਹੁਣ ਜੇ ਆਪਾਂ ਦੇਖੀਏ ਟ੍ਰਾਇੰਗਲ, ਮੇਰੇ ਕੋਲ ਆਪਾਂ ਟ੍ਰਾਇੰਗਲ ਲੈਂਦੇ ਹਾਂ ਪਹਿਲਾਂ AC D, ਆਪਾਂ ਪਹਿਲਾਂ ACD ਟ੍ਰਾਇੰਗਲ ਲੈਂਦੇ ਹਾਂ, ਅਤੇ FGH ਟ੍ਰਾਇੰਗਲ ਲੈਂਦੇ ਹਾਂ, ਆ ਦੋਨੋਂ ਟ੍ਰਾਇੰਗਲ ਲੈ ਲੈਂਦੇ ਹਾਂ। ਠੀਕ ਹੈ ਜੀ, ਇਹਦੇ ਵਿੱਚ ਐਂਗਲ A ਐਂਗਲ F ਦੇ ਇਕੁਅਲ ਹੋ ਜਾਏਗਾ, ਕਿਉਂਕਿ ਇਹ ਚੀਜ਼ ਹੈਗੀ ਆ। ਉਹ ਤੋਂ ਬਾਅਦ ਐਂਗਲ C
एंगल जी दे इक्वल हो जाएगा। हुण देखो जिहड़ा इत्थे एंगल पूरा ना सी एंगल इत्थे इदां पूरा है, इत्थे सी एंगल पूरा है क्योंकि इत्थे कट्टिया गया है, इस करके हाफ ऑफ एंगल सी हो गया, इधर भी हाफ ऑफ एंगल सी हो गया। इहदे विच वी एंगल इत्थों अद्धा कट्टिया गया है किहड़ा जी, इस करके हाफ ऑफ जी हो गया, इधर भी हाफ ऑफ जी हो गया है ना। तुसीं चाहे 1/2 इंटू जी लिखो, मतलब 1/2 जी लिखो, चाहे जी बाय टू लिखो, सेम गल ही है, ठीक है जी, कोई फर्क नहीं है दोनों चीज़ों के। तो उस तो बाद मेरे को बन गई फिर चीज़ यह तो गल समझ आ गई तुहानू। तो ये दोनों देखो हूँ एक आह वाला एंगल तो आह वाला एंगल, तो इदा मैं बोल सकता कि एंगल ए इक्वल है एंगल एफ दे, एंगल सी इक्वल है एंगल जी दे, या मैं इदा बोल सकता एंगल हाफ ऑफ सी इक्वल है एंगल हाफ ऑफ जी दे। दो एंगल की हो गए एंगल एंगल करके समरूपता की प्रॉपर्टी के नाल की हो गया। तो मेरे को ट्राइंगल जी हैगी है ए सी डी, तो वह समरूप होगी ट्राइंगल एफ जी एच दे। क्लीयर जी चीज़ इस तक, यह ट्राइंगल समरूप हो गई ने। तो ए सी डी ट्राइंगल मेरे को होगी इज इक्वल टू होगी एफ जी एच दे, तो ये दोनों एंगल इक्वल हो गए। जब तुम जिन्हों हाफ न इस तरीके भी लिख सकते थे भी एंगल ए सी डी, क्योंकि इतने हाफ आ रहा ना, इज इक्वल टू एंगल एफ जी एच, ठीक है। उन्होंने दोनों त्रिभुजा मैं कर लिया ने समरूप कर लिया ने, क्लीयर चीज़ है। जे दो त्रिभुजा समरूप हो जाए ने, जे आ दोनों त्रिभुजा की हो गई ने समरूप हो गई ने, कि वाली सी ए डी वाली, तो दूजी त्रिभुज मेरे को जी एफ तो एच वाली, जे दोनों त्रिभुजा समरूप ने, ठीक है। तो जी इन भुजावान का अनुपात होएगा वो की होएगा समान होएगा, क्लीयर ना चीज़। तो मैं इदा बोल सकता कि सी डी बाय जी एच इक्वल होना चाहिए है ए सी बाय एफ जी, तो इज इक्वल टू ए डी बाय एफ एच, ठीक है। तो पहली चीज़ अभी प्रूफ की करनी है, पहली चरूप चीज़ असं यही प्रूफ करनी है, ये पहली चीज़ अभी यही प्रूफ करनी है भी सी डी बाय जी एच इज इक्वल टू ए सी बाय एफ जी, ठीक है जी। तो वह असं इदा की कर लिया इतने प्रूव कर लिया कि सी डी बाय जी एच इज इक्वल टू ए सी बाय एफ जी, वो असं कि प्रूव की। पहला असी आह एंगल, क्योंकि सानू ट्राइंगल दी गई थी, ठीक है, इतों हल स्टार्ट कर सकते हो। सानू ट्राइंगल दी गई थी, इतों एंगल प्रूव किए, एंगल प्रूव करके और ट्राइंगल दोनों समरूप प्रूफ की, समरूप प्रूफ करके इन दिन जो समान अनुपात हो गई, जी भुजावं हो गई वो की होगियाँ समान अनुपात के, ठीक है जी। तो वो चीज़ की मेरे को प्रूव हो गई है। दूजी चीज़ मैं की प्रूव करनी है, ये दूजी चीज़ प्रूव करनी है, दूजा मैं प्रूव करना ये ट्राइंगल डी सी बी समरूप है ट्राइंगल एच जी ई दे, आ चीज़ प्रूव करनी है। कई चीज़ तो ट्राइंगल डी सी बी समरूप प्रूव करनी है ट्राइंगल एच जी ई दे, एच जी ई दे, ठीक है जी। तो ये हूँ आप कि कर सकते हैं, तो डी सी बी ट्राइंगल देखो, डी सी बी ट्राइंगल इधर आ गई, आ वाली डी सी बी ट्राइंगल होगी, तो इधर होगी एफ जी एच, ठीक है। ये हूँ पुरानी स्टोरी जी आप देखिए, तो इतने एंगल बी एंगल ई दे इक्वल प्रूव किया, मतलब एंगल ई एंगल ई दे इक्वल प्रूव किया, तो एंगल सी एंगल जी दे इक्वल प्रूव किया, ठीक है। फिर वही कहानी कि भी एंगल बी के इक्वल है एंगल ई दे, तो एंगल सी के इक्वल है एंगल जी ते, तो हाफ ऑफ एंगल सी के इक्वल है हाफ ऑफ एंगल जी दे, क्लीयर चीज़। इस करके दो एंगल की हो गए, ये जी एंगल एंगल की लगी मेरे को समरूपता दे करके, ये भी मेरे को हो गया दोनों ये ट्राइंगल की बन गए ने समरूप बन गए ने, क्लीयर है। तो जो थर्ड पार्ट है, थर्ड पार्ट के मैं की प्रूफ करना है, ये प्रूफ करना है ट्राइंगल डी सी ए ट्राइंगल एच जी एफ, ठीक है जी। ट्राइंगल डी सी एच जी एफ प्रूफ करना है मैं, ट्राइंगल ट्राइंगल डी सी ए ट्राइंगल एच जी एफ दे, क्लीयर जी चीज़। तो ट्राइंगल डी सी ए देखो कितने बनती है मेरे को, दोबारा बना लेने एक बारी,
तो इतने बनती पी है डी सी ए, तो इधर बनती पी है एच जी एफ भी इधर बनती पी है, तो एफ इतने बन गई। क्लीयर चीज़ आ चीज़ इतने बनती पी है इदा, ये दोनों प्रूव करनी ने। तो फिर देखो ये भी की वही चीज़ आ जाएगी, एंगल ए के देखो आ जाएगा एंगल एफ दे, उस तो बाद एंगल सी एंगल जी दे, जी सारी पुरानी स्टोरी सी एंगल ए के दे इक्वल आ गया एंगल एफ दे, ते एंगल ए सी डी के दे इक्वल आ गया एंगल एफ जी एच दे। ठीक है, ये भी कि होगी एंगल एंगल समरूपता की कसौटी के हो गया भी ट्राएंगल डी सी ए समरूप है ट्राएंगल एच जी एफ दे। क्लीयर जी, मतलब ये पहले की किया सी सानू क्वेश्चन कितों स्टार्ट होता साढ़े को ट्राएंगल ए बी सी सानू समरूप गिवन सी ट्राएंगल एफ ई जी करके उन्हें क्या ही दिता से समरूप आ, जो समरूप से फिर सूँ पता लग गया भी वो एंगल भी की होगे इक्वल होगे, तो उन्होंने जी साइड्स की जी रेशो होएगी भुजावान की जी रेशो होएगी है ना अनुपात होएगा वह भी की होएगा बराबर होएगा। तो इस तरीके असं क्वेश्चन सॉल्व कर लिया। तो नैक्सट क्वेश्चन देखते हैं, ग्यारहवां क्वेश्चन साढ़े को है ये कहना चित्र 6.40 ए बी ए सी ए सी एक सम दो भुजी त्रिभुज है, सम दो भुजी त्रिभुज की होंगी है वह त्रिभुज जी दो भुजावं समान होंगे ने है ना, तो ए बी सी की वधाई गई भुजा ए बी सी हूँ की करता सी जी ट्राएंगल ए बी सी की ये भुजा की है वधाई गई है जी बी सी सी बी नू ई उत्ते एक बिंदु स्थित है, इतने ई दे उत्ते एक बिंदु है, जेकर ए डी की खिंचया एक लंब परपेंडिकुलर खिंचया ए डी परपेंडिकुलर खिंचया जाए बी सी लंब खिंचया जाए तो ई एफ लंब खिंचया जाए ए सी ते, एक लंब इतों खिंच लिया एक लंब इतों खिंच लिया। ठीक है, इतने 90 डिग्री बनते पे दोनों, तो सिद्ध करो ट्राएंगल ए बी सी ए बी डी समरूप है ट्राएंगल ई सी एफ दे। ठीक है जी, तो कि ट्राएंगल आगे आप देख लें प्रूव करने उन्हें मैंने की कहता, तो उन्हें प्रूव करने मैंने कहता ए बी डी, तो आह वाली जी ट्राएंगल अंदर वाली सारी ए बी डी प्रूव करो ई सी एफ दे, जी आह वाली ट्राएंगल है ये सारी दे। क्लीयर, चलो क्वेश्चन स्टार्ट करते हैं। तो 6.3 करते पे आप एक्सरसाइज, क्वेश्चन नंबर मेरे को है हम 11th है, तो डायग्राम बना लें। ठीक है, इतों लंब खिंच लिया सीगा, ये मेरे को है ए बी सी डी, इतने पॉइंट ई वधा के ई हो गया सी, इतने की हो गया एफ हो गया साढ़े को। क्लीयर चीज़, तो ये कहता भी जी ए बी है वो की है ए सी इक्वल, क्यों उन्हें मैंने कहा कि है सम दो भुजी, सम दो भुजी त्रिभुज, सम दो त्रि सम दो भुजी त्रिभुज वो होंगी है सम मतलब समान दो मतलब टू तो भुजी मतलब भुजा, जिदी दो भुजावं की होगियां समान हो वो मेरे को हो जाएगी सम दो भुजी त्रिभुज हो जाएगी, मतलब ये जो ए बी है वह कि इक्वल हो जाएगा ए सी दे इक्वल हो जाएगा। क्लीयर चीज़ है, तो बाकी परपेंडिकुलर रखे चाहिए सारा। हुण असीं प्रूफ की करना ये बेसिकली ट्राएंगल ए बी डी नू प्रूफ करना है ट्राएंगल ई सी एफ दे, तो पहले ए डी बी देख लें ट्राएंगल कि ए डी बी ट्राएंगल आ रही, तो दूजी कि ई सी एफ, तो जी ये अंदर बनती पी इदा आ चीज़ ने प्रूव करना। क्लीयर चीज़, तो इतने भी की बनता पाया 90 डिग्री, तो इतने भी की बनता पाया 90 डिग्री, ये मेरे को है ए बी डी, इतने मेरे को है ई सी ते एफ। हुण देखो ये तुहाडे कोल की चीज़ हो सकती है, उन्हें मैंने कहता भी ए बी इक्वल है ए सी दे, ए बी इक्वल की है ए सी दे है ना, हल इदा हो गया ए बी इक्वल ए सी दे, तो जो दो भुजावं समान ने इन्हां दे ओपोजिट एंगल होणगे है ना, जो इन्हां दे ओपोजिट एंगल होणगे सनमुख कोण होणगे वह भी की होणगे बराबर होणगे, मतलब एंगल बी के इक्वल हो जाएगा एंगल सी दे उकर क्लीयर ना, उहदी कंडीशन की बन जाएगी कि त्रिभुजां दी समान भुजावां दे सनमुख कोण समान होंदे ने ना, इत्थे तुसीं लिख सकते हो वी त्रिभुजां दी समान भुजावां दे सनमुख कोण समान होंगे। क्लीयर, कंडीशन इतने लिखती
ਜਦੋਂ ਕੰਡੀਸ਼ਨ ਇੱਥੇ ਤੁਸੀਂ ਲਿਖਤੀ ਤਾਂ ਉਹਦੇ ਨਾਲ ਕੀ ਹੋ ਗਿਆ ਫਿਰ ਕਿ ਵੀ ਮਤਲਬ ਐਂਗਲ ਵੀ ਐਂਗਲ ਸੀ ਦੇ ਇਕੁਅਲ ਆ ਗਿਆ। ਤਾਂ ਦੂਜੀ ਗੱਲ ਇਹਦੇ ਵਿੱਚ ਐਂਗਲ ਡੀ 90 ਹੈ, ਐਂਗਲ ਐਫ ਵੀ 90 ਹੈ, ਅਤੇ ਐਂਗਲ ਡੀ ਇਜ਼ ਇਕੁਅਲ ਟੂ ਐਂਗਲ ਐਫ ਮੇਰੇ ਕੋਲ ਕਿਹਦੇ ਇਕੁਅਲ ਆ ਗਿਆ, 90 ਡਿਗਰੀ ਆ ਗਿਆ। ਕਲੀਅਰ ਹੈ? ਅਤੇ ਜੇ ਤੁਸੀਂ ਇਹਨੂੰ ਪੂਰਾ ਲਿਖਣਾ ਚਾਹੁੰਦੇ ਹੋ ਤੁਸੀਂ ਇਹਨੂੰ ਇੱਦਾਂ ਲਿਖ ਸਕਦੇ ਹੋ, ਐਂਗਲ ਏ ਡੀ ਬੀ ਇਜ਼ ਇਕੁਅਲ ਟੂ ਐਂਗਲ ਈ ਐਫ ਸੀ, ਹੈ ਨਾ, ਵਿਚਕਾਰ ਆ ਗਏ ਦੋਨੋਂ, ਅਤੇ ਇਹ ਕਿਹਦੇ ਇਕੁਅਲ ਹੈ, 90 ਡਿਗਰੀ ਦੇ ਇਕੁਅਲ ਹੈ। ਠੀਕ ਹੈ, ਇਸ ਕਰਕੇ ਐਂਗਲ ਐਂਗਲ ਜਿਹੜੀ ਸਮਰੂਪਤਾ ਦੀ ਕਸੌਟੀ ਹੈ, ਠੀਕ ਹੈ ਜੀ, ਐਂਗਲ ਐਂਗਲ ਸਮਰੂਪਤਾ ਦਾ ਨਿਯਮ ਦੁਆਰਾ ਇਹ ਮੇਰੇ ਕੋਲ ਕੀ ਨੇ, ਦੋਨੋਂ ਤ੍ਰਿਭੁਜਾਂ ਮੇਰੇ ਕੋਲ ਕੀ ਨੇ, ਇਹ ਸਮਰੂਪ ਨੇ। ਕਲੀਅਰ ਹੈ? ਸੌਖਾ ਜਿਹਾ ਕੁਸ਼ਚਨ ਸੀ। ਨੈਕਸਟ ਕੁਸ਼ਚਨ ਦੇਖਦੇ ਹਾਂ ਮੇਰੇ ਕੋਲ ਕੀ ਹੈ। 12ਵਾਂ ਸਮ 6.41 ਦੇ ਵਿੱਚ ਦਿੱਤਾ, ਆ ਦੋ ਟ੍ਰਾਇੰਗਲਾਂ ਨੇ, ਇੱਕ ਤ੍ਰਿਭੁਜ ਏ ਬੀ ਸੀ ਦੀ ਕ੍ਰਮਵਾਰ ਭੁਜਾਵਾਂ ਏ ਬੀ ਅਤੇ ਬੀ ਸੀ ਅਤੇ ਮੱਧਿਕਾ ਏ ਡੀ ਕਿਸੇ ਹੋਰ ਤ੍ਰਿਭੁਜ ਪੀ ਕਿਊ ਆਰ ਦੀਆਂ ਕ੍ਰਮਵਾਰ ਭੁਜਾਵਾਂ ਪੀ ਕਿਊ ਕਿਊ ਆਰ ਅਤੇ ਮੱਧਿਕਾ ਪੀ ਐੱਮ ਦੇ ਸਮਾਨ ਅਨੁਪਾਤੀ ਹਨ। ਠੀਕ ਹੈ, ਅਤੇ ਟ੍ਰਾਇੰਗਲ ਏ ਬੀ ਸੀ ਪੂਰੀ ਨੂੰ ਟ੍ਰਾਇੰਗਲ ਪੀ ਕਿਊ ਆਰ ਦੇ ਸਮਰੂਪ ਕਰੋ। ਉਹਨੇ ਕੀ ਕੀਤਾ ਵੀ ਇੱਕ ਤ੍ਰਿਭੁਜ ਆ, ਆਹ ਕਿਹੜੀ ਆ, ਇੱਕ ਤ੍ਰਿਭੁਜ ਮਤਲਬ ਪਹਿਲੀ, ਆਹ ਕੋਈ ਆ ਕਿਸੇ ਹੋਰ ਤ੍ਰਿਭੁਜ, ਇਹ ਕੀ ਆ ਕਿਸੇ ਹੋਰ ਵਾਲੇ ਤ੍ਰਿਭੁਜ ਦੀ ਗੱਲ ਕਰ ਰਿਹਾ। ਉਹਦੇ 'ਚ ਕਹਿ ਰਿਹਾ ਵੀ ਏ ਬੀ, ਏ ਬੀ ਸੀ ਜਿਹੜੀ ਤ੍ਰਿਭੁਜ ਹੈ, ਹੈ ਨਾ, ਉਹਦੀ ਏ ਬੀ ਬੀ ਸੀ ਅਤੇ ਏ ਡੀ ਇਹ ਕਿਹਦੇ ਕੀ ਨੇ, ਇਹ ਸਮਾਨ ਅਨੁਪਾਤੀ ਨੇ, ਕਿਹਦੇ ਸਮਾਨ ਅਨੁਪਾਤੀ ਨੇ, ਦੂਜੀ ਤ੍ਰਿਭੁਜ ਪੀ ਕਿਊ ਕਿਊ ਆਰ ਅਤੇ ਪੀ ਐੱਮ ਦੇ ਸਮਾਨ ਅਨੁਪਾਤੀ ਹਨ। ਦੇਖੋ ਚਿੱਤਰੇ ਅਤੇ ਪ੍ਰੂਵ ਕਰੋ ਆ ਦੋਨੋਂ ਟ੍ਰਾਇੰਗਲ ਪੂਰੀ ਦੀਆਂ ਪੂਰੀਆਂ ਵੀ ਏ ਬੀ ਡੀ ਏ ਬੀ ਸੀ ਸਮਰੂਪ ਹੈ ਟ੍ਰਾਇੰਗਲ ਪੀ ਕਿਊ ਆਰ ਦੇ। ਕਲੀਅਰ ਚੀਜ਼? ਇਹ ਕੁਸ਼ਚਨ ਆਪਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ ਇਹਦੇ 'ਚ ਕੀ ਹੈਗਾ ਸਾਡੇ ਕੋਲ। ਤਾਂ 6.3 ਦਾ 12ਵਾਂ ਕੁਸ਼ਚਨ, ਤਾਂ ਮੰਨ ਲਓ ਪਹਿਲਾਂ ਮੈਂ ਦੋ ਟ੍ਰਾਇੰਗਲ ਡਰਾ ਕਰ ਲੈਂਦਾ, ਕਰ ਲਈਆਂ, ਉਹਦੇ ਵਿੱਚ ਏ ਬੀ ਸੀ ਅਤੇ ਪੀ ਕਿਊ ਅਤੇ ਆਰ, ਉਸ ਤੋਂ ਬਾਅਦ ਡੀ ਅਤੇ ਐੱਮ। ਉਹਨੇ ਕੀ ਗੱਲ ਕਹੀ ਹੈ ਮੈਨੂੰ, ਸਮਾਨ ਅਨੁਪਾਤ 'ਚ ਨੇ, ਕੌਣ ਨੇ ਸਮਾਨ ਅਨੁਪਾਤ 'ਚ, ਫਸਟ ਟ੍ਰਾਇੰਗਲ ਦੀ ਦੂਜੀ ਟ੍ਰਾਇੰਗਲ ਦੇ ਨਾਲ ਕੋਈ ਸਾਈਡਾਂ ਕਿਹੜੀ ਕਿਹੜੀਆਂ, ਵੀ ਏ ਬੀ ਬਾਏ, ਉਹਨੇ ਮੈਨੂੰ ਕਹਿਤਾ ਸੀ ਵੀ ਏ ਬੀ ਬਾਏ ਪੀ ਕਿਊ ਐਂਡ ਇਜ਼ ਇਕੁਅਲ ਟੂ ਬੀ ਸੀ ਬਾਏ ਕਿਊ ਆਰ ਅਤੇ ਏ ਡੀ ਬਾਏ ਪੀ ਐੱਮ। ਠੀਕ ਹੈ ਜੀ, ਇੱਕ ਇਹਦੇ ਵਿੱਚ ਨਾ ਕ੍ਰਮਵਾਰ ਵਰਡ, ਜੇ ਤੁਹਾਨੂੰ ਨਹੀਂ ਸਮਝ ਆਉਂਦਾ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ, ਇੱਥੇ ਨਾ ਇੱਕ ਵਰਡ ਲਿਖਿਆ ਹੁੰਦਾ ਕ੍ਰਮਵਾਰ, ਉਹ ਕ੍ਰਮਵਾਰ ਦਾ ਮਤਲਬ ਕੀ ਹੁੰਦਾ ਹੈ, ਇੱਥੇ ਕ੍ਰਮਵਾਰ ਲਿਖਿਆ ਹੈ ਵਰਡ, ਹੈ ਨਾ, ਮਤਲਬ ਜਦੋਂ ਅਸੀਂ ਕ੍ਰਮਵਾਰ ਪੜ੍ਹਦੇ ਹੋ ਨਾ ਬੁੱਕ ਦੇ ਵਿੱਚ, ਇੱਕ ਤ੍ਰਿਭੁਜ ਏ ਬੀ ਸੀ ਦੀਆਂ ਕ੍ਰਮਵਾਰ ਭੁਜਾਵਾਂ ਦਾ ਮਤਲਬ ਕੀ ਆ, ਕ੍ਰਮਵਾਰ ਭੁਜਾਵਾਂ ਦਾ ਮਤਲਬ ਕੀ ਆ, ਰਿਸਪੈਕਟਿਵਲੀ, ਰਿਸਪੈਕਟਿਵਲੀ ਦਾ ਮਤਲਬ ਕੀ ਆ, ਮੰਨ ਲਓ ਤੁਹਾਡੇ ਕੋਲ ਦੋ ਸਟੂਡੈਂਟ ਖੜ੍ਹੇ ਨੇ, ਠੀਕ ਹੈ ਜੀ, ਜੇ ਮੈਂ ਕਹਿੰਦਾ ਵੀ ਪਹਿਲੇ ਸਟੂਡੈਂਟ ਦਾ ਹੈਂਡ ਲੈਗ ਐਂਡ ਹੈਡ, ਸਮਝ ਰਹੀ ਗੱਲ, ਇਹ ਕੌਣ ਆ, ਫਸਟ ਸਟੂਡੈਂਟ ਦੇ ਹੈਡ ਹੈਂਡ ਅਤੇ ਫੁੱਟ ਇਕੁਅਲ ਨੇ, ਠੀਕ ਹੈ ਨੀ, ਫਸਟ ਸਟੂਡੈਂਟ ਦਾ ਹੈਡ ਹੈਂਡ ਅਤੇ ਫੁੱਟ ਰਿਸਪੈਕਟਿਵਲੀ ਇਕੁਅਲ ਨੇ ਸੈਕਿੰਡ ਦੇ ਹੈਡ ਹੈਂਡ ਅਤੇ ਫੁੱਟ ਦੇ ਨਾਲ। ਤਾਂ ਤੁਸੀਂ ਕੀ ਕਰਨਾ ਹੈ, ਰਿਸਪੈਕਟਿਵਲੀ ਦਾ ਮਤਲਬ ਕੀ ਆ, ਹੈਡ ਨੂੰ ਹੈਡ ਦੇ ਨਾਲ ਕੰਪੇਅਰ ਕਰਨਾ ਹੈ, ਹੈਂਡ ਨੂੰ ਹੈਂਡ ਦੇ ਨਾਲ ਕਰਨਾ ਹੈ, ਫੁੱਟ ਨੂੰ ਫੁੱਟ ਦੇ ਨਾਲ ਕੰਪੇਅਰ ਕਰਨਾ ਹੈ, ਮਤਲਬ ਪਹਿਲੀ ਦਾ ਦੂਜੀ ਦੇ ਨਾਲ, ਮਤਲਬ ਜਦੋਂ ਕ੍ਰਮਵਾਰ ਲਿਖਦੇ ਨੇ ਨਾ ਤਾਂ ਕ੍ਰਮਵਾਰ ਦੇ ਵਿੱਚ ਪਹਿਲਾਂ ਇੱਕ ਚੀਜ਼ ਦੀਆਂ ਸਾਰੀਆਂ ਗੱਲਾਂ ਬਾਰੇ ਗੱਲ ਹੋ ਜਾਂਦੀ ਹੈ, ਠੀਕ ਹੈ, ਸਾਰਿਆਂ ਬਾਰੇ ਗੱਲ ਹੋ ਜਾਂਦੀ ਹੈ। ਇੱਦਾਂ ਨਹੀਂ ਆਪਾਂ ਕਹਿੰਦੇ ਵੀ ਇਹਦਾ ਹੈਡ ਇਹਦੇ ਨਾਲ, ਆਪਾਂ ਇੱਦਾਂ ਨਹੀਂ ਬੋਲਦੇ ਪਏ, ਇਹਦਾ ਹੈਡ ਇਹਦੇ ਨਾਲ, ਇਹਦਾ ਹੈਡ ਇਹਦੇ ਨਾਲ, ਇਹਦਾ ਫੁੱਟ ਇਹਦੇ ਨਾਲ, ਠੀਕ ਹੈ, ਹਰ ਵਾਰੀ ਤਿੰਨ ਵਾਰੀ ਨਹੀਂ ਲਿਖਦੇ ਆਪਾਂ, ਇਹ ਨਹੀਂ ਲਿਖਦੇ ਵੀ ਪਹਿਲੇ ਦਾ ਹੈਡ ਦੂਜੇ ਦੇ ਨਾਲ, ਦੂਜੇ ਦਾ ਹੈਡ ਦੂਜੇ, ਪਹਿਲੇ ਦਾ ਹੈਡ ਦੂਜੇ ਦੇ ਨਾਲ, ਅਤੇ ਫਿਰ ਪਹਿਲੇ ਦਾ ਹੈਂਡ ਦੂਜੇ ਦੇ ਨਾਲ, ਅਤੇ ਪਹਿਲੇ ਦਾ ਫੁੱਟ ਦੂਜੇ ਦੇ ਨਾਲ, ਅਸੀਂ ਇੱਦਾਂ ਨਹੀਂ ਬੋਲਦੇ, ਅਸੀਂ ਇੱਦਾਂ ਬੋਲਦੇ ਹਾਂ ਪਹਿਲੇ ਦਾ ਹੈਡ ਹੈਂਡ ਅਤੇ ਫੁੱਟ ਇਕੁਅਲ ਨੇ ਰਿਸਪੈਕਟਿਵਲੀ, ਕਿੱਦਾਂ, ਸੈਕਿੰਡ ਦੇ ਹੈਡ ਹੈਂਡ ਅਤੇ ਫੁੱਟ ਦੇ ਨਾਲ। ਕਲੀਅਰ ਚੀਜ਼? ਰਿਸਪੈਕਟਿਵ ਮਤਲਬ ਹੁੰਦਾ ਵੀ ਪਹਿਲਾਂ ਇੱਕ ਚੀਜ਼ ਦੀ ਪੂਰੀ ਗੱਲ ਹੋ ਜਾਂਦੀ ਹੈ ਫਿਰ ਦੂਜੀ ਪੂਰੀ ਚੀਜ਼ ਦੀ ਗੱਲ ਕਰਦੇ ਹਾਂ ਆਪਾਂ। ਕਲੀਅਰ ਚੀਜ਼ ਹੀ ਹੈ? ਅਤੇ ਚਲੋ ਹੁਣ ਸਾਹਮਣੇ ਦੇਖਦੇ ਹਾਂ, ਕਿਉਂਕਿ ਵਰਡਸ ਦੀ ਵੀ ਬਹੁਤ ਇੰਪੋਰਟੈਂਸ ਹੈ। ਇਹ ਚੀਜ਼ ਸਾਨੂੰ ਕੀ ਹੈ, ਦਿੱਤੀ ਗਈ ਹੈ, ਪਰ ਅਸੀਂ ਪ੍ਰੂਫ ਕੀ ਕਰਨਾ ਹੈ, ਅਸੀਂ ਪ੍ਰੂਫ ਕਰਨਾ ਹੈ ਟ੍ਰਾਇੰਗਲ ਏ ਬੀ ਸੀ ਸਿਮਿਲਰ ਹੈ ਟ੍ਰਾਇੰਗਲ ਪੀ ਕਿਊ ਆਰ ਦੇ। ਅੱਛਾ, ਉਹਨਾਂ 'ਚ ਆਪਾਂ ਕੁਸ਼ਚਨ ਦੇ ਵਿੱਚ ਨਾ ਥੋੜ੍ਹਾ ਦਿਮਾਗ ਲਗਾਉਂਦੇ ਹਾਂ ਆਪਾਂ, ਸਵਾਲ ਤਾਂ ਸੋਲਵ ਤਾਂ ਕਰ ਹੀ ਲੈਣੇ ਆ, ਪਰ ਦਿਮਾਗ ਲਗਾਉਂਦੇ ਹਾਂ ਜੋ ਅਸੀਂ ਪੜ੍ਹਿਆ ਜੋ ਅਸੀਂ ਸਿੱਖਿਆ ਉਹਦੇ 'ਚ ਅਸੀਂ ਦੇਖਦੇ ਹਾਂ ਅਸੀਂ ਕੀ ਕੀ ਕਰ ਸਕਦੇ ਸੀਗੇ। ਹੁਣ ਜਦੋਂ ਨੇ ਮੈਨੂੰ ਟ੍ਰਾਇੰਗਲ ਏ ਬੀ ਸੀ ਕਿਹਾ ਸੀ, ਠੀਕ ਹੈ, ਥੋੜ੍ਹਾ ਜਿਹਾ ਲੰਬਾ ਹੋ ਜਾਏਗਾ ਕੁਸ਼ਚਨ, ਪਰ ਥੋੜ੍ਹਾ ਜਿਹਾ ਕਨਸੈਪਟ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਇਹਦੇ ਵਿੱਚ, ਹੈ ਨਾ, ਵੀ ਕੀ ਹੋਰ ਤਰੀਕੇ ਨਾਲ ਕਿਸੇ ਨਾਲ ਹੋ ਸਕਦਾ ਸੀ, ਹੈ ਨਾ, ਇਹ ਵੀ ਸੋਚ ਲਗਾਉਣੀ ਚਾਹੀਦੀ ਹੈ।
ਦੇਖੋ ਜੇ ਮੈਨੂੰ ਉਹਨੇ ਕਹਿਤਾ ਵੀ ਇਹਦੀ ਭੁਜਾਵਾਂ ਸਮਾਨ ਅਨੁਪਾਤੀ ਨੇ, ਮਤਲਬ ਮੈਨੂੰ ਇਹਦੀ ਅਤੇ ਇਹਦੀ ਭੁਜਾ ਸਮਾਨ ਅਨੁਪਾਤੀ ਦਿੱਤੀ ਅਤੇ ਇਹ ਵਾਲੀ ਅਤੇ ਇਹ ਵਾਲੀ ਦਿੱਤੀ, ਅਤੇ ਮਤਲਬ ਮੈਨੂੰ ਏ ਡੀ ਦੇ ਨਾਲ ਪੀ ਐੱਮ ਵੀ ਦਿੱਤਾ, ਮੈਨੂੰ ਏ ਸੀ ਅਤੇ ਪੀ ਆਰ ਨਹੀਂ ਦਿੱਤੀ। ਜੇ ਮੈਂ ਏ ਸੀ ਬਾਏ ਪੀ ਆਰ ਦੀ ਰੇਸ਼ੋ ਕਰ ਲਵਾਂ ਕਿਸੇ ਤਰੀਕੇ ਨਾਲ, ਤਾਂ ਇਹਦੀ ਤਿੰਨੇ ਸਾਈਡ ਦੀ ਰੇਸ਼ੋ ਕੀ ਆ ਜਾਏਗੀ? ਇਕੁਅਲ ਆ ਜਾਏਗੀ। ਅਤੇ ਜੋ ਤਿੰਨੋਂ ਸਾਈਡਾਂ ਦੀ ਰੇਸ਼ੋ ਜਿਹੜੀ ਹੋ ਜਾਏਗੀ ਉਹ ਇਕੁਅਲ ਆ ਜਾਏਗੀ, ਤਾਂ ਉਹਦੇ ਨਾਲ ਕੀ ਹੋ ਜਾਏਗਾ, ਉਹਦੇ ਨਾਲ ਕੀ ਹੋ ਜਾਏਗਾ, ਵਿਉਤਰੀ ਭੁਜਗੀ ਹੋ ਜਾਏਗੀ, ਸਮਰੂਪ ਹੋ ਜਾਏਗੀ। ਇਹ ਚੀਜ਼ ਹੋ ਸਕਦੀ ਹੈ ਨਾ ਇਹਦੇ ਵਿੱਚ, ਤਾਂ ਆਪਾਂ ਇਸ ਤਰੀਕੇ ਨਾਲ ਕਰ ਸਕਦੇ ਹਾਂ। ਜਾਂ ਫਿਰ ਸਾਡੇ ਕੋਲ ਦੂਜੀ ਪ੍ਰੋਪਰਟੀ ਸੀ ਕੋਈ ਦੋ ਐਂਗਲ ਪ੍ਰੂਵ ਕਰਦੀ ਹੈ ਇਕੁਅਲ, ਹੈ ਨਾ, ਜਾਂ ਸਾਡੇ ਕੋਲ ਇਹ ਪ੍ਰੋਪਰਟੀ ਸੀ ਤਿੰਨ ਭੁਜਾਵਾਂ ਪ੍ਰੂਵ ਕਰ ਦਿਓ, ਜਾਂ ਤਿੰਨ ਦੋ ਐਂਗਲ ਪ੍ਰੂਵ ਕਰ ਦਿਓ, ਜਾਂ ਸਾਈਡ ਐਂਗਲ ਸਾਈਡ ਪ੍ਰੋਪਰਟੀ ਲਗਾ ਦਿਓ, ਠੀਕ ਹੈ, ਆਪਾਂ ਇਹ ਚੀਜ਼ ਕਰ ਸਕਦੇ ਸੀਗੇ। ਤਾਂ ਚਲੋ ਹੁਣ ਕੁਐਸਚਨ ਨੂੰ ਸਟਾਰਟ ਕਰਦੇ ਹਾਂ ਵੀ ਦੇਖੋ ਕਿੰਨੇ ਮੈਥਡ ਹੋ ਸਕਦੇ ਸੀ ਇਹ 'ਚ। ਐਂਗਲ ਐਂਗਲ ਪ੍ਰੋਪਰਟੀ ਲਗਾ ਕੇ ਸੋਲਵ ਹੋ ਸਕਦੀ ਸੀ, ਇਹਦੇ 'ਚ ਸਾਈਡ ਐਂਗਲ ਸਾਈਡ ਨਾਲ ਸੋਲਵ ਹੋ ਸਕਦੀ ਸੀਗੀ, ਸਾਈਡ 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 ਪ੍ਰੋਪਰਟੀ ਨਾਲ ਸੋਲਵ ਹੋ ਸਕਦਾ ਸੀ, ਹੈ ਨਾ, ਇਹ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਤਾਂ ਆਹ ਸਾਡੇ ਕੋਲ ਕੀ ਆ, ਇਹ ਸਾਨੂੰ ਗਿਵਨ ਹੈ, ਆਹ ਅਸੀਂ ਪ੍ਰੂਵ ਕਰਨਾ ਹੈ, ਠੀਕ ਹੈ ਜੀ। ਅਤੇ ਹੁਣ ਸੋਲਵ ਕਰਦੇ ਹਾਂ। ਪਹਿਲੀ ਗੱਲ, ਟ੍ਰਾਇੰਗਲ, ਆਹ ਦੋਨੋਂ ਟ੍ਰਾਇੰਗਲ ਲੈਂਦੇ ਹਾਂ ਪੂਰੀਆਂ, ਟ੍ਰਾਇੰਗਲ ਏ ਬੀ ਸੀ ਅਤੇ ਟ੍ਰਾਇੰਗਲ ਪੀ ਕਿਊ ਆਰ ਦੇ ਵਿੱਚ। ਜੇ ਦੇਖਿਆ ਜਾਵੇ ਏ ਬੀ ਬਾਏ ਕੀ ਆ, ਪੀ ਕਿਊ ਹੈ, ਅਤੇ ਬੀ ਸੀ ਬਾਏ ਕੀ ਆ, ਕਿਊ ਆਰ ਹੈ, ਅਤੇ ਏ ਡੀ ਬਾਏ ਕੀ ਆ, ਪੀ ਐੱਮ ਹੈ, ਠੀਕ ਹੈ। ਹੁਣ ਦੇਖੋ ਆਹ ਜਿਹੜੀ ਬੀ ਸੀ ਹੈ ਪੂਰੀ ਦੀ ਪੂਰੀ, ਐਕਚੁਅਲੀ 'ਚ ਇੱਥੇ ਕੀ ਹੋ ਰਹੀ ਹੈ, ਇਹਦੇ ਵਿੱਚ ਇੱਕ ਲਿਖਿਆ ਸੀ ਵਰਡ ਮੱਧਿਕਾ, ਹੈ ਨਾ। ਮੱਧਿਕਾ ਮੇਰੇ ਕੋਲ ਕੀ ਹੁੰਦਾ, ਮੀਡੀਅਨ। ਮੀਡੀਅਨ ਕੀ ਹੁੰਦੀ ਹੈ, ਮੀਡੀਅਨ ਵੀ ਇੱਕ ਰੇਖਾ ਹੁੰਦੀ ਹੈ, ਠੀਕ ਹੈ ਜੀ। ਹੁਣ ਇਹਨੂੰ ਮੱਧਿਕਾ ਨੂੰ ਵੀ ਸਮਝ ਲਓ ਕੀ ਚੀਜ਼ ਹੈਗੀ ਆ। ਮੱਧਿਕਾ ਵੀ ਕੀ ਹੁੰਦੀ ਹੈ, ਇੱਕ ਰੇਖਾ ਹੁੰਦੀ ਆ ਜਿਹੜੀ ਕਿਸੇ ਨੂੰ ਕਿਸੇ ਦੂਜੀ ਰੇਖਾ ਨੂੰ ਬਰਾਬਰ ਭਾਗਾਂ 'ਚ ਵੰਡਦੀ ਹੈ, ਠੀਕ ਹੈ ਜੀ। ਜਿਵੇਂ ਸਮ ਦੋ ਭਾਜਕ ਸੀ ਨਾ, ਸਮ ਦੋ ਭਾਜਕ ਉਹ ਲਾਈਨ ਬਾਈ ਸੈਕਟਰ ਹੋ ਸਕਦੀ ਹੈ, ਠੀਕ ਹੈ ਜੀ, ਕੁਛ ਵੀ ਹੋ ਸਕਦਾ। ਤਾਂ ਮੱਧਿਕਾ ਨੂੰ ਤੁਸੀਂ ਕੀ ਕਹਿ ਸਕਦੇ ਹੋ, ਮੱਧਿਕਾ ਇੱਕ ਏ ਡੀ ਇੱਕ ਰੇਖਾ ਖਿੱਚੀ ਜਾਂਦੀ ਹੈ ਜਿਹੜੀ ਬੀ ਸੀ ਨੂੰ ਕੀ ਕਰਦੀ ਹੈ, ਡਿਵਾਈਡ ਕਰਦੀ ਹੈ, ਠੀਕ ਹੈ ਜੀ। ਤਾਂ ਏ ਬੀ ਅਤੇ ਬੀ ਸੀ ਅਤੇ ਮੱਧਿਕਾ ਏ ਡੀ, ਤਾਂ ਮੱਧਿਕਾ ਜਦੋਂ ਉਹਨੇ ਬੋਲਿਆ ਕਿ ਮੱਧਿਕਾ ਤਾਂ ਕੀ ਕਿਹਾ ਉਹਨੇ, ਮੱਧਿਕਾ ਏ ਡੀ, ਤਾਂ ਏ ਡੀ ਤਾਂ ਪੂਰੀ ਰੇਖਾ ਹੋਈ ਨਾ, ਜਿਹੜੀ ਰੇਖਾ ਏ ਡੀ ਉਹ ਕਿਹਨੂੰ ਬਣਦੀ ਪਈ ਆ, ਬੀ ਸੀ ਨੂੰ। ਤਾਂ ਮੱਧਿਕਾ ਦਾ ਮਤਲਬ ਇਹਦੇ ਮੱਧ 'ਚ ਗਿਰਦੀ ਪਈ ਆ, ਠੀਕ ਹੈ ਜੀ। ਤਾਂ ਇਹਦੇ ਮੱਧ ਦੇ ਵਿੱਚ ਹੈ, ਤਾਂ ਇਹ ਜਿਹੜੀ ਬੀ ਸੀ ਦੀ ਰੇਖਾ ਹੈ ਇਹਨੂੰ ਕੀ ਕਰੇਗੀ, ਇਹਨੂੰ ਡਿਵਾਈਡ ਕਰੇਗੀ ਹਾਫ ਦੇ ਵਿੱਚੋਂ। ਕਲੀਅਰ ਚੀਜ਼ ਇਹ, ਠੀਕ ਹੈ, ਮੱਧਿਕਾ ਦਾ ਮਤਲਬ ਸਮਝ ਆ ਰਿਹਾ ਤੁਹਾਡੇ ਕੋਲ, ਕਲੀਅਰ ਚੀਜ਼। ਅਤੇ ਮੱਧਿਕਾ ਕਿੰਨੀਆਂ ਹੋ ਸਕਦੀਆਂ ਨੇ ਟ੍ਰਾਇੰਗਲ ਦੇ ਵਿੱਚ, ਤ੍ਰਿਭੁਜ 'ਚ? ਮੰਨ ਲਓ ਇੱਕ ਮੈਂ ਇੱਥੋਂ ਖਿੱਚਦਾ, ਆਹ ਮੱਧਿਕਾ, ਇੱਕ ਇੱਥੋਂ ਖਿੱਚਦਾ, ਇਹ ਵੀ ਮੱਧਿਕਾ, ਇੱਕ ਇੱਥੋਂ ਖਿੱਚਦਾ, ਤਾਂ ਆਹ ਵੀ ਮੱਧਿਕਾ। ਸਮਝਦੇ ਪਏ ਨਾ, ਵੀ ਮੈਂ ਉੱਪਰੋਂ 'ਚ ਥੱਲੇ ਇੱਕ ਮੱਧਿਕਾ ਖਿੱਚ ਸਕਦਾ, ਆਹ ਪੁਆਇੰਟ 'ਤੇ ਇੱਕ ਇੱਥੋਂ ਖਿੱਚ ਸਕਦਾ, ਆਹ ਵਾਲੇ ਪੁਆਇੰਟ 'ਤੇ ਇੱਕ ਇੱਥੋਂ ਖਿੱਚ ਸਕਦਾ। ਤਾਂ ਇਹਦੇ ਵਿੱਚ ਕਿੰਨੀਆਂ ਗਿਣੇ, ਤਿੰਨ ਮੱਧਿਕਾਵਾਂ ਨੇ ਇੱਕ ਤ੍ਰਿਭੁਜ ਦੇ ਵਿੱਚ, ਕਿੰਨੀਆਂ ਨੇ, ਤਿੰਨ ਮੱਧਿਕਾਵਾਂ ਹੋ ਸਕਦੀਆਂ ਨੇ ਇੱਦਾਂ ਹੀ, ਹੈ ਨਾ। ਇਹ ਚੀਜ਼ ਨੂੰ ਚਲੋ ਆਪਾਂ ਬਾਅਦ 'ਚੋਂ ਡਿਟੇਲ 'ਚ ਦੇਖਾਂਗੇ, ਪਹਿਲਾਂ ਕੁਐਸਚਨ ਦੇਖਦੇ ਹਾਂ। ਮੱਧਿਕਾ ਤਾਂ ਮਾੜਾ ਜਿਹਾ ਫਰਕ ਤੁਹਾਨੂੰ ਦੱਸਦਾ ਕੀ ਚੀਜ਼ ਹੈਗੀ ਹੈ ਮੱਧਿਕਾ ਦੇ ਵਿੱਚ। ਤਾਂ ਹੁਣ ਜਿਹੜਾ ਬੀ ਸੀ ਬਾਏ ਕਿਊ ਆਰ ਹੈ, ਜਿਹੜਾ ਬੀ ਸੀ ਬਾਏ ਕਿਊ ਆਰ ਹੈ, ਉਹਨੂੰ ਮੈਂ ਇੱਦਾਂ ਲਿਖ ਸਕਦਾ ਹਾਫ ਆਫ ਬੀ ਸੀ, ਕਿਉਂਕਿ ਇਹਦਾ ਅੱਧ ਅੱਧ ਹੋ ਰਿਹਾ ਨਾ ਕਿਤੋਂ। ਤਾਂ ਮੈਂ ਇੱਦਾਂ ਲਿਖ ਸਕਦਾ ਏ ਬੀ ਬਾਏ ਪੀ ਕਿਊ, ਬੀ ਸੀ ਨੂੰ ਮੈਂ ਇੱਦਾਂ ਲਿਖ ਸਕਦਾ ਬੀ ਸੀ ਬਾਏ ਟੂ, ਅਤੇ ਕਿਊ ਆਰ ਨੂੰ ਵੀ ਲਿਖ ਸਕਦਾ ਕਿਊ ਆਰ ਬਾਏ ਟੂ, ਜੋ ਕਿ ਕਹਿੰਦੇ ਇਕੁਅਲ ਹੈ ਏ ਡੀ ਬਾਏ ਪੀ ਐੱਮ ਦੇ। ਅਤੇ ਜਿਹੜਾ ਬੀ ਸੀ ਬਾਏ ਟੂ ਹੈ ਉਹ ਐਕਚੁਅਲੀ ਇਹਦੇ ਵਿੱਚ ਕੀ ਹੈ, ਤਾਂ ਮੇਰੇ ਕੋਲ ਪੂਰੀ ਕੀ ਸੀਗੀ, ਬੀ ਸੀ ਸੀਗੀ, ਠੀਕ ਹੈ ਜੀ। ਹਾਂ, ਮੇਰੇ ਕੋਲ ਕੀ ਸੀ, ਪੂਰੀ ਬੀ ਸੀ ਸੀਗੀ। ਤਾਂ ਜੇ ਮੈਂ ਬੀ ਸੀ ਬਾਏ ਦਾ ਅੱਧ ਕਰ ਦੇਵਾਂ, ਉਹ ਮੇਰੇ ਕੋਲ ਕੀ ਬਣਦਾ ਹੈ, ਬੀ ਡੀ, ਅਤੇ ਦੂਜਾ ਕੀ ਬਣਦਾ ਮੇਰੇ ਕੋਲ, ਡੀ ਸੀ, ਹੈ ਨਾ। ਤਾਂ ਮੈਂ ਇੱਦਾਂ ਲਿਖ ਸਕਦਾ ਵੀ ਬੀ ਡੀ ਇਜ਼ ਇਕੁਅਲ ਟੂ ਬੀ ਸੀ ਬਾਏ ਟੂ, ਅਤੇ ਐਂਡ ਦੂਜੀ ਚੀਜ਼ ਮੇਰੇ ਕੋਲ ਕੀ ਬਣਦੀ ਆ, ਡੀ ਸੀ ਇਜ਼ ਇਕੁਅਲ ਟੂ ਬੀ ਸੀ ਬਾਏ ਟੂ, ਦੋਨੋਂ ਅੱਧ ਨੇ, ਹੈ ਨਾ। ਪਰ ਆਪਾਂ ਨੂੰ ਕੰਮ ਚਾਹੀਦਾ ਆਹ ਵਾਲਾ ਚਾਹੀਦਾ ਹੈ, ਬੀ ਡੀ ਬਾਏ ਬੀ ਸੀ ਵਾਲਾ ਟੂ ਵਾਲਾ ਚਾਹੀਦਾ, ਸਾਨੂੰ ਆਹ ਵਾਲਾ ਪਾਰਟ ਦੇਖਣ ਦੀ ਲੋੜ ਨਹੀਂ, ਸਾਨੂੰ ਆਹ ਵਾਲਾ ਪਾਰਟ ਦੇਖਣ ਦੀ ਲੋੜ ਹੈਗੀ ਬੀ ਸੀ ਬਾਏ ਟੂ ਨੂੰ। ਤਾਂ ਇੱਥੇ ਜਿਹੜਾ ਬੀ ਸੀ ਬਾਏ ਟੂ ਸੀ, ਇਹਨੂੰ ਮੈਂ ਕੀ ਲਿਖ ਸਕਦਾ, ਬੀ ਡੀ ਲਿਖ ਸਕਦਾ, ਠੀਕ ਹੈ। ਤਾਂ ਜਿਹੜੀ ਦੂਜੀ ਤ੍ਰਿਭੁਜ ਸੀਗੀ ਉਹ ਮੇਰੇ ਕੋਲ ਕੀ ਸੀਗੀ, ਕਿਊ ਆਰ, ਕਿਊ ਆਰ ਨੂੰ ਹਾਫ ਕਰਕੇ ਮੈਂ ਕੀ ਲਿਖ ਸਕਦਾ, ਕਿਊ ਐੱਮ ਲਿਖ ਸਕਦਾ। ਤਾਂ ਇੱਥੇ ਮੈਂ ਕੀ ਕਰੂੰਗਾ ਹੁਣ, ਤਾਂ ਏ ਬੀ ਬਾਏ ਪੀ ਕਿਊ ਇਜ਼ ਇਕੁਅਲ ਟੂ, ਇਹਨੂੰ ਮੈਂ ਲਿਖ ਸਕਦਾ ਬੀ ਡੀ ਬਾਏ ਕਿਊ ਐੱਮ ਇਜ਼ ਇਕੁਅਲ ਟੂ ਏ ਡੀ ਬਾਏ ਪੀ ਐੱਮ, ਠੀਕ ਹੈ। ਹੁਣ ਤ੍ਰਿਭੁਜ ਆਹ ਦੇਖ ਲਓ, ਆਹ ਦੋ ਤ੍ਰਿਭੁਜਾਂ ਸੀ ਸਾਡੇ ਕੋਲ, ਆਹ ਦੋ ਤ੍ਰਿਭੁਜਾਂ ਸੀਗੀਆਂ, ਇਹਦੇ ਵਿੱਚ ਮੇਰੇ ਕੋਲ ਕੀ ਹੈਗੀ ਏ ਬੀ ਬਾਏ ਪੀ ਕਿਊ ਦੀ ਰੇਸ਼ੋ, ਬੀ ਡੀ ਬਾਏ ਕਿਊ ਐੱਮ ਦੀ ਰੇਸ਼ੋ, ਅਤੇ ਏ ਡੀ ਬਾਏ
पी एम की रेशो, मतलब ए बी डी समरूप होगी कि पी क्यू एम के, तो ए बी डी जी त्रिभुज है वह समरूप होगी कि ट्रायंगल पी क्यू एम के, जे समरूप हो जाती है तो दैट मीनस जो कोण होंगे एंगल बी के इक्वल हो जाएगा एंगल क्यू के, ये भी गल सही है ना, तो एंगल डी के इक्वल हो जाएगा एंगल एम दे, एंगल ए के इक्वल हो जाएगा एंगल डी दे, तो जो एंगल बी इक्वल हो गया एंगल क्यू दे, एंगल बी इक्वल हो गया एंगल क्यू दे, तो इतने ए बी बाय पी क्यू पिया मेरे को पहले ही ए बी बाय पी क्यू पिया है, ठीक है इन मैं लिख लैंना ए बी बाय पी क्यू की रेशियो पी है। उस तो बाद दूजी मेरे को चीज़ इतने मेरे को सी बी सी, इतने मेरे को है आर सी, ठीक है उस तो बाद जी बी सी बाय क्यू आर की रेशियो पई है मेरे को, ठीक है बी सी बाय क्यू आर वो मैंने गिवन सी है ना, आ देखो ये स्टार्टिंग ए बी बाय पी क्यू की रेशियो इज इक्वल टू बी सी बाय क्यू आर की रेशियो, इन दोनों के विचकार कोण कह रहा है बी तो क्यू, जोड़ा एंगल बी क्यू के इक्वल है तो एंगल बी के इक्वल एंगल क्यू के इक्वल है, हूँ एक साइड वोदार वाला कोण तो एक साइड की रेशियो है ना, दूजी 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 त्रिभुज के नाल समझ रहे हो ना चीज़ में, इनू ये पिछले आप सारे सवाल यही करके आ रहे हैं, तो यदि रेशियो ये यदि रेशियो ये विचकार वाला कोण जो आ चीज़ इक्वल आ जाती है तो दोनों पूरी की पूरी ट्रायंगल की हो जाती है समरूप हो जाती है, तो इस करके फिर जी त्रिभुज है मेरे को ए बी सी समरूप हो जाएगी कि पी क्यू आर दे, क्लीयर चीज़ है, तो ट्रायंगल ए बी सी समरूप है ट्रायंगल पी क्यू आर दे, क्लीयर चीज़ है, तो इस तरीके सवाल सॉल्व किया। नैक्सट क्वेश्चन देखते हैं, क्वेश्चन नंबर 13, ये थोड़ा जहा कॉम्प्लीकेटेड है पर अजीब जहा सवाल है, लॉजिक लूजिक घट ही है पर नॉर्मल जी है समझ आ जूगा तुम्हें, तो पहले आ चीज़ में देखो की है सी ए स्केयर बाय सी बी बाय ए डी, एक त्रिभुज है ए बी सी, ए बी सी त्रिभुज से थी त्रिभुज है बी सी उत्ते एक बिंदु डी है, बी सी भुजा से एक बिंदु डी है, इस तरह स्थित है कि जोड़ा एंगल ए डी सी तो एंगल बी ए सी दे है, दिखाओ सी ए स्केयर इज इक्वल टू सी बी इजकल सी डॉट सी डी, ठीक है जी आप प्रूव करना है, अच्छा क्वेश्चन नंबर साढ़े को 6.3 का क्वेश्चन नंबर 13, साढ़े को एक त्रिभुज है उन्हें कह सी एक त्रिभुज है ए बी सी त्रिभुज है, बी सी भुजे एक पॉइंट की है डी है, वो कितने भी हो सकता है, जरूरी नहीं है 90 डिग्री हो, ठीक है इन्हों डिलीट कर लेंगे, ये जरूरी नहीं है भी 90 डिग्री हो, कितने भी हो सकता है, ठीक है वो इतने हो सकता सगा वो इधर भी हो सकता सी वो कितने भी हो सकता सी डजेंट मैटर, ठीक है पर आप इन लें प्रॉपरली कितने लें इतने ले लें हाँ चीज़ तो ले लें 90 नहीं लेंगे, ठीक है इतने ले लें उन्हें क्या नहीं है भी लंब है, ठीक है इस करके डी एक बिंदु है कितने स्थित है, ठीक है जो ले लिया उस बाद कहता भी एंगल ए डी सी जोड़ा एंगल ए डी दूजे मेरे को सी जोड़ा इतने एंगल है एंगल ए डी सी जोड़ा एंगल है ए डी सी वो कि इक्वल दिता मैं बी ए सी दे बी ए सी दे मतलब ये एंगल ए एंगल डी दे इक्वल है, प्रूफ की करना है सी ए दी स्केयर इज इक्वल टू सी बी बाय सी डी, जो ध्यान देखा जाए सी ए दी स्केयर मेरे को है सी ए इंटू सी ए मेरे को है सी बी इंटू मतलब इंटू ही है ना डॉट का मतलब सी डी, तो सी ए मैं इधर लिख सकता कि सी ए इतने रह गया तो इधर ले गया मैं सी बी बाय सी डी इंटू थले जाकर डिवाइड करता सी ए है ना, तो ये देखो हम दो ऑप्शन निकलनिया सगिया इन दो तरीक लिखे जा सकता है, एक बार सी ए बाय सी बी इधर बच जाना सी डी इंटू सी ए, दूजी चीज़ जाना मेरे को सी ए बाय सी डी इधर बच जाना सी बी बाय सी ए, ठीक है आ दो ऑप्शन बननिया से मेरे को जिन्होंने मैं सिंपलीफाई करने की कोशिश करता भी सी ए बाय सी बी तो सी डी बाय सी ए या फिर सी डी बाय सी ए तो सी बी बाय सी ए, तो आ चीज़ में आप चक के देखते हैं भी सी ए बाय सी डी, देखो जो दो त्रिभुजा मैं लूँगा ना तो कोई तो मैं दो त्रिभुजा लेनिया ही पैनिया ने कि त्रिभुज मैं ले सकता है, मान लो मैं ले लैंना ट्रायंगल ए डी सी तो ट्रायंगल ए बी सी लैके चलना, एक पूरी ट्रायंगल ले लैंना ए बी सी तो एक ए डी सी ले लैंना, एक तो ट्रायंगल पूरी होगी मेरे को ए बी सी एक मेरे को इदा वाली ट्रायंगल होगी ए डी सी है ना, ये की हो गया ए सी कॉमन आते हैं तो ए सी ए सी कॉमन आते हैं मतलब मैं दो मैंने सी ए सी ए चाहिए ने ध्यान देखा जाए दो सी ए मेरे को हो गए ये मेरे को फिर की आ रहा है डी सी भी आ जूगा तो इदा मेरे को आ जूगा
बी सी भी आजूगा, दोनों की रेशियो भी आजूगी, है ना। तो उद्दे मैं ए डी की लोड़ नहीं पैनी हैगी। ठीक है, देखो जो तुम आह वाली चीज़ बनाते थे तो मैं ये ए डी की लोड़ नहीं चाहिए थी, आह वाली चीज़ बन य चीज़ ना मैं सामने सॉल्व कर सदा, थोड़ा क्वेश्चन मतलब इदा समझ सकते हैं आप। इन सॉल्व कि करना, अपने को गिवन है ए डी सी, मैंने गिवन है ए दे इक्वल बी ए सी दे गिवन है। ठीक है, सिद्ध की करना है वी सी ए स्केयर इज इक्वल टू सी बी इंटू डॉट सी डी। ठीक है, तो मान लो दो ट्राएंगल ले लेना मैं, ट्राएंगल ए डी सी ते ट्राएंगल बी ए सी, दो ट्राएंगल ले लेना है। दो ट्राएंगल जो मैं ले लिया ट्राएंगल ए डी सी इज इक्वल ट्राएंगल बी ए सी। ठीक है, ये की है मैनू गिवन है, ये दिता है मैनू। ठीक है जी, तो ट्राएंगल ए सी डी तो ट्राएंगल ए सी बी। ठीक है, ये दोनों ट्राएंगल एंगल सी तो एंगल सी की हो गए ने सांझा। ठीक है जी, आप काम छोटा करना, सांझा हो गया। तो एंगल डी ए सी इज इक्वल टू एंगल ए बी सी, जो एंगल ए है वो कि इक्वल आ सकता। हूँ इतने देखो डी ए सी, डी ए सी वो कि इक्वल आ जाएगा ए बी सी दे, एक आ एंगल तो आ एंगल, ये दोनों की हो जाएंगे मेरे को थर्ड कोण, तीसरा कोण। क्यों, एक तो सी दोनों कॉमन हो गया, क्लियर चीज़, सी तो सी मेरे को हो गया कॉमन हो गया, एक बी तो ए बच गया, उस तो बाद ए तो डी तो मैं आ वाला दिता ही उन्हें। ठीक है ना, बी ए तो डी तो उन्हें मैंने कहा ही सीगा। ठीक है, ये मेरे को हो गया तीसरा कोण। उस तो बाद हूँ जे आप देखिए दो कोण हो गए, एक मेरे को आ वाला एंगल आ गया, एक मेरे को आ वाला एंगल आ गया। जे दो एंगल इक्वल ने तो तीजा तो एंगल इक्वल होएगा ही होएगा, है ना। तो इस करके ट्राएंगल जी मेरे को होगी ए डी सी और सिमिलर हो जाएगी ट्राएंगल ए बी सी दे। जो ये दोनों सिमिलर हो गई तो ओबियसली जिन्हें भुजावां का अनुपात है वो भी की होएगा बराबर होएगा। इस करके सी ए बाय सी डी इक्वल आना चाहिए है सी बी बाय सी ए दे, तो फिर क्रॉस मल्टीप्लाई कर लेंगे, ये बन जाएगा सी ए का स्केयर सी बी इंटू डॉट सी डी। ठीक है जी, ये सौखा जहा सवाल सगा, तो कुछ नहीं करना चाहिए खास। नैक्सट क्वेश्चन देखते हैं, क्वेश्चन नंबर 14 कहता एक त्रिभुज ए बी सी दुजावं ए बी ए सी मध्यिका ए डी है, एक होर त्रिभुज दुजावं पी क्यू पी आर मध्यिका पी एम के क्रमवार समान अनुपाती हैं, दर्शाओ ट्राएंगल ए बी सी हैगी है ट्राएंगल सिमिलर हैगी है ट्राएंगल पी क्यू आर दे। सिक्स पॉइंट थ्री एक्सरसाइज, क्वेश्चन नंबर साढ़े को है 14। क्वेश्चन सानू की कहने, एक त्रिभुज है ए बी सी दुजावं ए बी ए सी मध्यिका ए डी, एक होर त्रिभुज की भुजा पी क्यू पी आर ते मध्यिका पी एम के क्रमवार समान अनुपाती है, जिमें आह वाला क्वेश्चन सीगा। ठीक है, दर्शाओ ए बी सी जिमें ए बी सी पी क्यू आर दे की है वो हैगी है। ठीक है जी, आप भी देख सकते हैं भी ए बी ते ए सी ते ए डी दूजी त्रिभुज आप डायग्राम ले सकते हैं पी क्यू पी आर ते मध्यिका पी एम, ये समान अनुपाती ने, है ना। पिछले का क्वेश्चन सानू आ साइड नहीं सी, सानू आ वाली साइड सी। ठीक है, इस क्वेश्चन सानू आ वाली साइड दिती है समान अनुपात दे विच, ते फिर दूसरा त्रिभुज नूं की करना है समरूप प्रूफ करना है। पुराने सवाल वांगू ही थोड़े डिफ तरीके नाल हो गया हुण इह, तां दो त्रिभुज आ गए मेरे को पर इहदे विच समान अनुपाती कौन दिता मैनू ए बी सी ट्राएंगल है ते दूजी ट्राएंगल मेरे को की है पी क्यू आर इतने मेरे को की है डी इतने मेरे को की है एम पर ए मैंने इस बार कौन किनू किनू समान अनुपात दिता है ए बी बाय ए ए बी ए सी ते ए डी के दे है पी क्यू पी एम ते क्यू आर दे। ठीक है, ये क्वेश्चन भी सॉल्व करन लगे थोड़ा जिहा आप देखते हैं कि हो सकता सीगा, तो मतलब उन्हें मैं ए बी बाय पी क्यू देता तो ए सी बाय पी आर देता तो ए डी बाय पी एम ये गिवन करता। ठीक है, हुण देखो जे देखा जाए जे मैं मान लो बी सी बाय क्यू आर कर लवा
ਤਾਂ ਦੋ ਸਾਈਡ ਤਾਂ ਪਹਿਲਾਂ ਗਿਵਨ ਸੀਗੀਆਂ, ਤੀਜੀ ਮੇਰੇ ਕੋਲ ਆ ਗਈ, ਤਾਂ ਜੇ ਤਿੰਨ ਸਮਾਨ ਅਨੁਪਾਤ ਚ ਆ ਗਿਆ ਤਾਂ ਸਾਈਡ 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 ਪ੍ਰੋਪਰਟੀ ਦੇ ਨਾਲ ਇਹ ਸਵਾਲ ਨੂੰ ਸੋਲਵ ਕਰ ਲੈਣਾ ਸੀ, ਬਹੁਤ ਤਰੀਕੇ ਸੌਖੇ ਤਰੀਕੇ ਨਾਲ ਸੋਲਵ ਹੋ ਜਾਣਾ ਸੀਗਾ। ਪਰ ਇਹ ਸਾਈਡ ਨੂੰ ਮੈਂ ਕਿਸ ਤਰੀਕੇ ਨਾਲ ਕਰ ਸਕਦਾ, ਹੈ ਨਾ? ਕੁਐਸਚਨ ਤਾਂ ਇਹੀ ਹੈ ਵੀ ਇਹ ਸਾਈਡ ਨੂੰ ਕਿੱਦਾਂ ਸੋਲਵ ਕੀਤਾ ਜਾ ਸਕਦਾ, ਇਹ ਵਾਲੀ ਸਾਈਡ ਨੂੰ। ਅਤੇ ਦੂਜੀ ਚੀਜ਼ ਮੇਰੇ ਕੋਲ ਕੀ ਹੈਗੀ ਆ, ਦੂਜੀ ਚੀਜ਼ ਇੱਦਾਂ ਹੋ ਸਕਦੀ ਸੀਗੀ ਵੀ ਦੋ ਸਾਈਡ ਆ ਗਿਵਨ ਨੇ, ਤਾਂ ਐਂਗਲ ਏ ਨੂੰ ਐਂਗਲ ਪੀ ਦੇ ਕੋਲ ਪ੍ਰੂਵ ਕਰ ਲਾਂ, ਕਿਉਂ? ਕਿਉਂਕਿ ਏ ਬੀ ਬਾਏ, ਹੈ ਨਾ, ਏ ਬੀ ਬਾਏ ਪੀ ਕਿਊ ਅਤੇ ਏ ਸੀ ਬਾਏ ਪੀ ਆਰ ਦੀ ਰੇਸ਼ੋ ਤਾਂ ਮੈਨੂੰ ਗਿਵਨ ਹੀ ਹੈ। ਏ ਬੀ ਬਾਏ ਪੀ ਕਿਊ ਅਤੇ ਏ ਸੀ ਬਾਏ ਪੀ ਆਰ, ਉਹਦੇ ਵਿੱਚ ਐਂਗਲ ਏ ਅਤੇ ਐਂਗਲ ਏ ਨੂੰ ਮੈਂ ਕੀ ਕਰ ਲਾਂ, ਪ੍ਰੂਵ ਕਰ ਲਾਂ, ਤਾਂ ਆਹ ਸਾਈਡ ਦੀ ਰੇਸ਼ੋ ਮਤਲਬ ਏ ਬੀ ਬਾਏ ਪੀ ਕਿਊ ਦੀ ਰੇਸ਼ੋ, ਉਹ 'ਚ ਐਂਗਲ ਨਾਲ ਦੂਜੀ ਗੇ ਨਾਲ ਆ ਜਾਏਗੀ ਏ ਸੀ ਬਾਏ ਪੀ ਆਰ ਦੀ ਰੇਸ਼ੋ, ਜੋ ਚੀਜ਼ ਆ ਮੈਨੂੰ ਇੱਥੇ ਗਿਵਨ ਹੀ ਹੈ, ਤਾਂ ਵਿਚਕਾਰ ਇੱਕ ਐਂਗਲ ਕਿਹੜਾ ਆ ਗਿਆ, ਐਂਗਲ ਏ ਇਜ਼ ਇਕਲ ਟੂ ਐਂਗਲ ਪੀ, ਤਾਂ ਮੇਰੇ ਕੋਲ ਇਹ ਸਾਈਡ ਐਂਗਲ ਸਾਈਡ ਪ੍ਰੋਪਰਟੀ ਨਾਲ ਸੋਲਵ ਹੋ ਜਾਏਗਾ। ਦੋ ਤਰੀਕਿਆਂ ਨਾਲ ਸੋਲਵ ਹੋ ਸਕਦਾ ਸੀਗਾ, ਤਾਂ ਆਹ ਤਰੀਕਾ ਤੁਸੀਂ ਟਰਾਈ ਕਰਕੇ ਦੇਖਿਓ, ਤੁਹਾਡੇ ਤੋਂ ਹੁੰਦਾ ਕਿ ਨਹੀਂ ਹੁੰਦਾ, ਹੈ ਨਾ, ਕੀ ਪਤਾ ਹੋ ਸਕਦਾ ਹੋਵੇ, ਪਰ ਆਹ ਤਾਂ ਆਪਾਂ ਸੋਲਵ ਕਰ ਹੀ ਲੈਂਦੇ ਹਾਂ, ਕਿਉਂਕਿ ਤੁਹਾਨੂੰ ਸਾਰੇ ਕਿਤੇ ਸਲਿਊਸ਼ਨ ਇਹਦਾ ਹੀ ਮਿਲਣਾ ਹੈ, ਚਾਹੇ ਅਗਲਾ ਸੈਮ ਡੋਟ ਕੋਮ ਦੇਖ ਲਿਓ, ਚਾਹੇ ਸਵੈਨ ਦੇਖ ਲਿਓ, ਚਾਹੇ ਜਿਹੜੀ ਮਰਜ਼ੀ ਬੁੱਕ ਦੇਖ ਲਿਓ, ਤਾਂ ਸਾਈਡ ਐਂਗਲ ਸਾਈਡ ਪ੍ਰੋਪਰਟੀ ਦੇ ਨਾਲ ਹੀ ਸੋਲਵ ਕਰਨ ਦਾ ਸਲਿਊਸ਼ਨ ਮਿਲਣਾ ਹੈ। ਠੀਕ ਹੈ, ਚਲੋ ਹੁਣ ਸਾਹਮਣੇ ਆਪਾਂ ਸੋਲਵ ਕਰਦੇ ਹਾਂ, ਇੱਕ ਵਾਰੀ ਇਹਨੂੰ ਸਾਰਾ ਫਾਲਤੂ ਨੂੰ ਡਿਲੀਟ ਕਰ ਲੈਂਦੇ ਹਾਂ। ਅੱਛਾ, ਪਹਿਲਾਂ ਸੋਲਵ ਕਰਦੇ ਹਾਂ, ਸਾਨੂੰ ਗਿਵਨ ਕੀ ਹੈ, ਏ ਬੀ ਬਾਏ ਪੀ ਕਿਊ, ਏ ਸੀ ਬਾਏ ਪੀ ਆਰ ਅਤੇ ਏ ਡੀ ਬਾਏ ਪੀ ਐੱਮ। ਕਲੀਅਰ ਚੀਜ਼, ਇਹ ਚੀਜ਼ ਸਾਨੂੰ ਗਿਵਨ ਨੇ। ਹੁਣ ਅਸੀਂ ਕੀ ਕਰਦੇ ਹਾਂ, ਪਹਿਲਾਂ ਕਰਦੇ ਹਾਂ ਕੰਸਟਰਕਸ਼ਨ, ਠੀਕ ਹੈ, ਮਤਲਬ ਰਚਨਾ। ਰਚਨਾ ਕਰੋ ਵੀ ਜਿਹੜਾ ਏ ਡੀ ਨੂੰ ਕੀ ਕਰ ਲਓ, ਐਕਸਟੈਂਡ ਕਰ ਲਓ, ਇੱਥੋਂ ਇਹਨੂੰ ਐਕਸਟੈਂਡ ਕਰ ਲਓ, ਇੱਥੋਂ ਨਾਲ ਸੀ ਨਾਲ ਜੋੜ ਦਿਉ, ਇਹਨੂੰ ਇੱਥੋਂ ਸੀ ਦੇ ਨਾਲ ਜੋੜ ਲਓ, ਇਹਨੂੰ ਨਾਮ ਦੇ ਦਿਉ ਈ, ਇਹਨੂੰ ਨਾਮ ਦੇ ਦਿਉ ਐੱਨ, ਠੀਕ ਹੈ, ਐਕਸਟੈਂਡ ਕਰ ਲਿਓ, ਅਤੇ ਇਹਨਾਂ ਨੂੰ ਮਿਲਾ ਲਓ ਆਪਸ 'ਚ, ਸੀ ਈ ਅਤੇ ਆਰ ਐੱਨ ਨੂੰ ਮਿਲਾ ਲਓ, ਇੱਥੋਂ ਇਹਨੂੰ ਐਕਸਟੈਂਡ ਕਰਕੇ ਐੱਨ ਤੱਕ, ਇੱਥੋਂ ਇਹਨੂੰ ਐਕਸਟੈਂਡ ਕਰਕੇ ਕਿਹਨੂੰ ਏ ਡੀ ਨੂੰ ਐਕਸਟੈਂਡ ਕਰੋ ਈ ਤੱਕ, ਅਤੇ ਪੀ ਐੱਮ ਨੂੰ ਐਕਸਟੈਂਡ ਕਰੋ ਐੱਨ ਤੱਕ, ਸੀ ਅਤੇ ਈ ਨੂੰ ਮਿਲਾ ਦਿਉ, ਅਤੇ ਇੱਥੋਂ ਆਰ ਅਤੇ ਐੱਨ ਨੂੰ ਮਿਲਾ ਦਿਉ, ਮਿਲਾ ਤਾ। ਹੁਣ ਟ੍ਰਾਇੰਗਲ ਚੱਕੋ, ਏ ਬੀ ਡੀ ਅਤੇ ਟ੍ਰਾਇੰਗਲ ਸੀ ਡੀ ਈ, ਏ ਬੀ ਡੀ ਅਤੇ ਟ੍ਰਾਇੰਗਲ ਸੀ ਡੀ ਈ। ਕਲੀਅਰ ਹੈ? ਦੇਖੋ ਇਹਦੇ ਵਿੱਚ ਐਂਗਲ ਕਿਊ ਵਰਟੀਕਲ ਓਪੋਜ਼ਿਟ ਹੋ ਗਏ ਆਹ ਵਾਲੇ, ਹੈ ਨਾ ਜੀ, ਸਿਨ ਸਿਖਰ ਸਨਮੁਖ ਕੋਣ ਹੋ ਗਏ, ਉਹ ਤੋਂ ਬਾਅਦ ਏ ਡੀ ਅਤੇ ਪੀ ਐੱਮ ਇਹਦੇ ਵਿੱਚ ਹੈਗਾ, ਠੀਕ ਹੈ ਜੀ। ਉਹ ਤੋਂ ਬਾਅਦ ਜਿਹੜਾ ਏ ਡੀ ਹੈ, ਹੈ ਨਾ, ਉਹਨਾਂ ਦੋ ਤ੍ਰਿਭੁਜ ਨੂੰ ਪ੍ਰੂਵ ਕਰਨਾ, ਕਿਹੜੀ ਕਿਹੜੀ, ਏ ਡੀ ਬੀ ਅਤੇ ਸੀ ਡੀ ਈ, ਤਾਂ ਜਿਹੜੀ ਏ ਡੀ ਬੀ ਹੈਗੀ ਆ ਉਹਦੀ ਦੂਜੀ ਤ੍ਰਿਭੁਜ ਇਹਨਾਂ ਪ੍ਰੂਵ ਕਰਨਾ ਹੈ, ਤਾਂ ਪਹਿਲੀ ਚੀਜ਼। ਤਾਂ ਦੂਜੀ ਚੀਜ਼ ਕੀ ਹੈ, ਜਿਹੜੀ ਏ ਡੀ ਹੈ ਉਹ ਕਿਹਦੇ ਕੋਲ ਹੋਏਗੀ, ਡੀ ਈ ਦੇ, ਕਿਉਂਕਿ ਅਸੀਂ ਇੰਨਾ ਕਿਹਾ ਸੀ ਕਿੰਨਾ ਇਹਨੂੰ ਕਿੰਨਾ ਲੰਬਾ ਖਿੱਚਣਾ ਹੈ, ਜਿੰਨੀ ਵੱਡੀ ਏ ਡੀ ਹੈ ਨਾ ਉਹਨਾਂ ਹੀ ਅੱਗੇ ਐਕਸਟੈਂਡ ਕੀਤਾ ਸੀ ਡੀ ਈ ਨੂੰ, ਜਿੰਨੀ ਏ ਡੀ ਸੀਗੀ ਉਹਨੇ ਐਕਸਟੈਂਡ ਕੀਤਾ ਡੀ ਈ ਨੂੰ, ਤਾਂ ਏ ਡੀ ਇਕੁਅਲ ਹੋ ਗਿਆ ਡੀ ਈ ਦੇ, ਕਿਹਦੇ ਕਰਕੇ, ਉਹ ਰਚਨਾ ਕਰਕੇ, ਕੰਸਟਰਕਸ਼ਨ ਕਰਕੇ। ਦੂਜਾ ਜਿਹੜੀ ਬੀ ਡੀ ਹੈ ਉਹ ਕਿਹਦੇ ਇਕੁਅਲ ਹੋਏਗੀ, ਡੀ ਸੀ ਦੇ, ਜਿਹੜੀ ਬੀ ਡੀ ਹੈ ਉਹ ਡੀ ਸੀ ਦੇ ਇਕੁਅਲ ਹੋਏਗੀ, ਕਿਉਂ? ਕਿਉਂਕਿ ਜਿਹੜੀ ਏ ਡੀ ਹੈ ਉਹ ਕੀ ਹੈ, ਮੱਧਿਕਾ, ਏ ਡੀ ਕੀ ਹੈ, ਮੱਧਿਕਾ, ਇਸ ਕਰਕੇ ਬੀ ਅਤੇ ਸੀ ਨੂੰ, ਮਤਲਬ ਬੀ ਡੀ ਇਜ਼ ਇਕੁਅਲ ਟੂ ਡੀ ਸੀ, ਕਿਉਂਕਿ ਇਹਦੇ ਵਿੱਚੋਂ ਡੀ ਇੱਥੇ ਇਹਨੂੰ ਕੀ ਕਰਕੇ ਜਾ ਰਿਹਾ, ਮੱਧ ਤੋਂ ਕੱਟ ਕੇ ਜਾ ਰਿਹਾ, ਕਿਉਂਕਿ ਜਿੰਨੀ ਇਹਦੀ ਵੈਲਿਊ ਹੈ ਉਨੀ ਇਹਦੀ ਵੈਲਿਊ ਹੈ, ਤਾਂ ਬੀ ਡੀ ਕਿਹਦੇ ਇਕੁਅਲ ਹੋ ਗਈ, ਡੀ ਸੀ ਦੇ। ਤੀਜੀ ਗੱਲ, ਜਿਹੜਾ ਐਂਗਲ ਬੀ ਹੈ ਉਹ ਕਿਹਦੇ ਇਕੁਅਲ ਹੋ ਜਾਏਗਾ, ਐਂਗਲ ਡੀ ਦੇ, ਕੌਣ ਕੌਣ, ਮਤਲਬ ਏ ਡੀ ਬੀ, ਐਂਗਲ ਏ ਡੀ ਬੀ ਇਜ਼ ਇਕੁਅਲ ਟੂ ਐਂਗਲ ਆ ਜਾਏਗਾ ਸੀ ਡੀ ਈ ਦੇ, ਸੀ ਡੀ ਈ ਦੇ, ਠੀਕ ਹੈ। ਇਸ ਕਰਕੇ ਕੀ ਚੀਜ਼ ਹੋ ਗਈ, ਆਹ ਸਾਈਡ ਨੀਲੀ ਵਾਲੀ, ਹੈ ਨਾ, ਅਤੇ ਆਹ ਦੋ ਸਾਈਡਾਂ, ਆਹ ਦੋ ਸਾਈਡਾਂ, ਆਹ ਦੋ ਸਾਈਡਾਂ, ਇਹਨਾਂ ਦੇ ਵਿਚਕਾਰ ਵਾਲਾ ਕੋਣ, ਤਾਂ ਇਹ ਸਾਈਡ ਐਂਗਲ ਸਾਈਡ ਪ੍ਰੋਪਰਟੀ ਦੇ ਨਾਲ ਮੈਂ ਕੀ ਕਰ ਲਿਆ ਵੀ ਟ੍ਰਾਇੰਗਲ ਏ ਬੀ ਡੀ, ਏ ਬੀ ਡੀ ਕੀ ਹੈ, ਸਮਰੂਪ ਹੈ ਕਿਹਦੇ, ਟ੍ਰਾਇੰਗਲ ਦੇ ਸੀ ਡੀ ਈ ਦੇ। ਕਲੀਅਰ ਚੀਜ਼ ਇਹ। ਉਹ ਤੋਂ ਬਾਅਦ ਜਿਹੜੀ ਹੁਣ ਏ ਬੀ ਅਤੇ ਸੀ ਈ ਬਚ ਗਈ, ਜਿਹੜੀ ਏ ਬੀ ਅਤੇ ਸੀ ਈ ਬਚ ਗਈ ਉਹ ਵੀ ਕੀ ਹੋਏਗੀ, ਇਕੁਅਲ ਹੋਏਗੀ, ਕਿਉਂਕਿ ਸੀ ਪੀ ਸੀ ਟੀ ਦੇ ਕਰਕੇ, ਹੈ ਨਾ, ਸੀ ਪੀ ਸੀ ਟੀ ਤੁਹਾਨੂੰ ਸਮਝ ਆ ਚੁੱਕੀ ਹੈ ਕੀ ਚੀਜ਼ ਹੈਗੀ ਆ। ਕਲੀਅਰ ਚੀਜ਼ ਇਹ। ਉਹ ਤੋਂ ਬਾਅਦ ਹੁਣ ਇਹਦੇ ਅਸੀਂ ਆਹ ਟ੍ਰਾਇੰਗਲ ਨੂੰ ਵੀ ਸਾਰੀ ਨੂੰ ਪ੍ਰੂਵ ਕਰ ਸਕਦੇ ਹਾਂ, ਕਿੱਦਾਂ,
ਇਹ ਟ੍ਰਾਇੰਗਲ ਨੂੰ ਕਿੱਦਾਂ ਪ੍ਰੂਵ ਕਰ ਸਕਦੇ ਹਾਂ ਅਸੀਂ ਸਾਰੀ ਨੂੰ। ਇਹਦੇ ਵਿੱਚ ਕੀ ਹੋ ਜਾਏਗਾ, ਜਿਵੇਂ ਤੁਸੀਂ ਇਹ 'ਚ AD ਲਿਆ ਸੀ, ਇਹਦੇ ਵਿੱਚ ਤੁਸੀਂ ਕੀ ਲੈ ਲੈਂਗੇ ਹੋ, ਵੀ PMK ਦੇ ਇਕੁਅਲ ਹੈ MN ਦੇ, ਅਤੇ QMK ਦੇ ਇਕੁਅਲ ਹੈ QR ਦੇ, ਅਤੇ ਇੱਥੇ ਐਂਗਲ MM, ਐਂਗਲ PMQ ਇਕੁਅਲ ਹੈ ਐਂਗਲ PMN ਦੇ, ਇਹ ਵੀ ਕੀ ਹੋ ਗਈ ਸਾਈਡ ਐਂਗਲ ਸਾਈਡ ਪ੍ਰੋਪਰਟੀ ਦੇ ਕਰਕੇ। ਤਾਂ ਇੱਦਾਂ ਹੀ PQK ਦੇ ਇਕੁਅਲ ਆ ਜਾਏਗੀ, RN ਦੇ ਇਕੁਅਲ ਆ ਜਾਏਗੀ, ਠੀਕ ਆ। ਮਤਲਬ ਆਹ ਵਾਲੇ ਟ੍ਰਾਇੰਗਲ ਨੰਬਰ 1 ਟ੍ਰਾਇੰਗਲ ਨੰਬਰ 2 ਦੇ ਨਾਲ ਪ੍ਰੂਵ ਕਰ ਲਈ, ਨੰਬਰ 3 ਟ੍ਰਾਇੰਗਲ ਨੰਬਰ 4 ਦੇ ਨਾਲ ਪ੍ਰੂਵ ਕਰ ਲਈ। ਕਲੀਅਰ ਚੀਜ਼ ਇਹ ਹੈ। ਇਸ ਕਰਨ ਤੋਂ ਬਾਅਦ ਤਾਂ ਜਿਹੜੀ ਇਹਨੇ ਸਾਈਡ ਦੀ ਰੇਸ਼ੋ ਆਏਗੀ ਉਹ ਵੀ ਕੀ ਆਏਗੀ, ਬਰਾਬਰ ਆਏਗੀ, ਕਲੀਅਰ ਚੀਜ਼। ਤਾਂ ਇਸ ਕਰਕੇ ਫਿਰ ਜੇ ਮੈਂ ਲੈਣਾ AB/PQ, ਠੀਕ ਹੈ ਜੀ, ਉਹ ਤੋਂ ਬਾਅਦ ਮੈਂ ਲਿਖਦਾ AC/PR ਇਜ ਇਕਲ ਟੂ AD/PM। ਇਹ ਮੈਨੂੰ ਕੀ ਸੀਗਾ ਦਿੱਤਾ ਹੈ, ਹੈ ਨਾ, ਇਹ ਮੈਨੂੰ ਗਿਵਨ ਸੀਗਾ। ਹੁਣ ਜਿਹੜਾ AB ਹੈ ਉਹ ਕਿਹਦੇ ਕੋਲ ਆਇਆ ਸੀ CE ਦੇ, ਅਤੇ ਜਿਹੜਾ PN ਹੈ ਉਹ ਕਿਹਦੇ ਕੋਲ ਆਇਆ ਸੀ RN ਦੇ, ਠੀਕ ਹੈ। ਇੱਥੇ ਦੇਖੋ AB ਕਿੱਥੇ ਆ, AB ਆ ਰਿਹਾ, ਅਤੇ AB ਦੀ ਥਾਂ 'ਤੇ ਵੈਲਿਊ ਪੁੱਟ ਕਰ ਸਕਦਾ ਮੈਂ CE, ਅਤੇ PQ ਦੀ ਵੈਲਿਊ ਕੀ RN, ਅਤੇ ਇੱਥੇ ਪੁੱਟ ਕਰ ਸਕਦਾ ਮੈਂ RN CE/NR ਜਾਂ RN ਜੋ ਮਰਜ਼ੀ ਲਿਖ ਲਓ, AC/PR ਅਤੇ AD/PM, ਠੀਕ ਹੈ। ਹੁਣ ਜਿਹੜਾ AD ਹੈ, ਤੁਸੀਂ ਧਿਆਨ ਨਾਲ ਦੇਖੋਗੇ, ਜਿਹੜਾ AD ਹੈ ਅਤੇ ਇੱਥੇ ਮੇਰੇ ਕੋਲ ਕੀ ਹੈ, ਜਿਹੜਾ PM ਹੈ, ਜਿਹਨੂੰ ਮੈਂ 2 ਟਾਈਮਸ ਕਰ ਦੇਵਾਂ। ਹੁਣ ਮੈਂ ਕੀ ਕਰਨ ਲੱਗਿਆ, AD ਨੂੰ 2 ਨਾਲ ਗੁਣਾ ਕਰਨ ਲੱਗਿਆ, ਅਤੇ ਦੂਜੀ ਚੀਜ਼ PM ਨੂੰ ਕੀ ਕਰਨ ਲੱਗਿਆ, ਮੈਂ ਇਹਨੂੰ ਵੀ 2 ਨਾਲ ਗੁਣਾ ਕਰਨ ਲੱਗਿਆ। ਤਾਂ ਮੇਰੇ ਕੋਲ ਪੂਰੀ ਪਤਾ ਕੀ ਬਣ ਜਾਏਗੀ, ਆ ਪੂਰੀ ਵੱਡੀ ਬਣ ਜਾਏਗੀ, ਕਿਉਂਕਿ ਇੱਥੇ ਪਤਾ ਕੀ ਹੈ AD/E, ਅਤੇ ਜੇ AD ਨੂੰ ਮੈਂ 2 ਨਾਲ ਗੁਣਾ ਕਰਦਾ, ਉਹਦਾ ਦੁੱਗਣਾ ਕਰ ਦੇਵਾਂ, ਉਹ ਪੂਰੀ ਲੰਬੀ ਲਾਈਨ ਬਣ ਜਾਏਗੀ ਨਾ, ਉਹ ਕੀ ਬਣ ਜਾਏਗੀ ਮੇਰੇ ਕੋਲ AE ਬਣ ਜਾਏਗੀ, ਠੀਕ ਹੈ। ਇੱਥੋਂ ਬਾਅਦ ਫਿਰ ਮੈਂ ਇੱਦਾਂ ਲਿਖ ਦੂੰਗਾ ਕਿ CE/RN ਇਜ ਇਕਲ ਟੂ AC/PR ਇਜ ਇਕਲ ਟੂ 2 AD/2 PM, ਕਲੀਅਰ ਚੀਜ਼। ਤਾਂ ਜਿਹੜੀ ਆਹ ਚੀਜ਼ ਹੋਏਗੀ ਇਹਨੂੰ ਆਪਾਂ ਫਿਰ ਕਰਾਂਗੇ ਲਿਖੇ, CE/RN ਇਜ ਇਕਲ ਟੂ AC/PR, ਇਹ ਮੇਰੇ ਕੋਲ ਕੀ ਬਣ ਗਈ ਹੁਣ ਟੋਟਲ AE ਬਾਏ, ਇੱਥੇ ਕੀ ਬਣ ਗਈ ਮੇਰੇ ਕੋਲ, ਇਹਦੇ ਵਿੱਚ ਕੀ ਬਣ ਗਈ PN, ਠੀਕ ਹੈ। ਹੁਣ ਦੋਨੋਂ ਤ੍ਰਿਭੁਜਾਂ ਨੂੰ ਚੈੱਕ ਕਰੋ, CE/RN, ਠੀਕ ਹੈ ਜੀ, ਤਾਂ CE/RN ਦੀ ਰੇਸ਼ੋ, ਉਹ ਤੋਂ ਬਾਅਦ AC/PR ਦੀ ਰੇਸ਼ੋ, ਅਤੇ ਉਹ ਤੋਂ ਬਾਅਦ AE/PN ਦੀ ਰੇਸ਼ੋ, ਇਹ ਚੀਜ਼ ਆ ਗਈ। ਤਾਂ ਇਹਦੇ ਨਾਲ ਮੇਰੇ ਕੋਲ ਕੀ ਚੀਜ਼ ਹੋ ਗਿਆ, ਵੀ ਜਿਹੜੀ ਟ੍ਰਾਇੰਗਲ ਹੈ AE/CE ਸਿਮਲਰ ਆ ਗਈ ਟ੍ਰਾਇੰਗਲ PNR ਦੇ, ਕਲੀਅਰ ਚੀਜ਼ ਹੈ। ਇਹ ਤਾਂ ਕਿ ਸਿਮਲਰ ਆ ਗਈ, ਹੁਣ ਇਹ 2 ਟ੍ਰਾਇੰਗਲ ਸਿਮਲਰ ਹੋ ਗਈਆਂ, ਜੇ 2 ਟ੍ਰਾਇੰਗਲ ਸਿਮਲਰ ਹੋ ਗਈਆਂ ਤਾਂ ਇਹਨਾਂ ਦੇ ਜਿਹੜੇ ਸਿਮਲਰ ਪਾਰਟ ਹੋਣਗੇ ਉਹ ਵੀ ਇਕੁਅਲ ਹੋਣਗੇ, ਮਤਲਬ ਐਂਗਲ A ਐਂਗਲ P ਦੇ ਇਕੁਅਲ ਹੋ ਜਾਏਗਾ, ਹੈ ਨਾ, ਐਂਗਲ A ਐਂਗਲ P ਦੇ ਇਕੁਅਲ ਹੋ ਜਾਏਗਾ, ਕਲੀਅਰ ਚੀਜ਼। ਤਾਂ ਇਹਦੇ ਵਿੱਚ ਅਸੀਂ ਇਹਨੂੰ ਇੱਦਾਂ ਮੰਨ ਕੇ ਚੱਲਿਆ ਸੀਗਾ, ਇਹਨੂੰ ਦੁਬਾਰਾ ਡਰਾਅ ਕਰਦੇ ਹਾਂ ਇੱਥੇ ਇੱਕ ਵਾਰੀ, ਇੱਥੇ ਐਂਗਲ 1 ਸੀ, ਇੱਥੇ ਐਂਗਲ 2 ਸੀ, ਇੱਥੇ ਐਕਸਟੈਂਸ਼ਨ ਕੀਤੀ ਸੀ, ਇੱਥੇ ਐਕਸਟੈਂਸ਼ਨ, ਇੱਥੇ ਐਂਗਲ 3 ਸੀ, ਇੱਥੇ ਐਂਗਲ 4 ਸੀ, ਮਤਲਬ ਐਂਗਲ 2 ਕਿਹਦੇ ਇਕੁਅਲ ਹੋ ਗਿਆ, ਐਂਗਲ 4 ਦੇ, ਤਾਂ ਐਂਗਲ 2 ਇਕੁਅਲ ਹੋ ਗਿਆ ਐਂਗਲ 4 ਦੇ, ਠੀਕ ਹੈ। ਅਤੇ ਇਸ ਤਰ੍ਹਾਂ ਹੀ ਅਸੀਂ ਸਿੱਧ ਕਰ ਸਕਦੇ ਹਾਂ ਆਹ ਵਾਲਾ ਪੂਰਾ ਪਾਰਟ, ਤਾਂ ਇਹਦੇ ਵਿੱਚ ਐਂਗਲ 1 ਕਿਹਦੇ ਇਕੁਅਲ ਆ ਜਾਏਗਾ, ਐਂਗਲ 3 ਦੇ ਪੂਰਾ ਕਰਨ ਦੇ, ਠੀਕ ਹੈ। ਇਹਨਾਂ ਸਾਰਿਆਂ ਨੂੰ ਜੋੜਨ ਦੇ ਕੀ ਹੋ ਜਾਏਗਾ ਮੇਰੇ ਕੋਲ, ਹੁਣ ਜਿਵੇਂ ਮੈਨੂੰ ਇਕੁਏਸ਼ਨ ਬਣਾਉਣਾ 1, ਇਹ ਇਕੁਏਸ਼ਨ ਬਣਾਉਣਾ 2, ਇਹ ਦੋਨੋਂ ਇਕੁਏਸ਼ਨ ਨੂੰ ਜੋੜਨ 'ਤੇ, ਜਦੋਂ ਜੋੜੂੰਗਾ ਐਂਗਲ 1 'ਚ ਐਂਗਲ 2 ਐਡ ਹੋ ਜਾਏਗਾ, ਅਤੇ ਐਂਗਲ 3 ਦੇ ਵਿੱਚ ਐਂਗਲ 4 ਐਡ ਹੋ ਜਾਏਗਾ ਨਾ, ਦੋਨੋਂ ਸਾਈਡਾਂ ਵਾਲੇ ਅਲੱਗ ਅਲੱਗ। ਅਤੇ ਐਂਗਲ 1 ਪਲੱਸ ਐਂਗਲ 2 ਕਿਹਦੇ ਇਕੁਅਲ ਆ ਟੋਟਲ, ਉਹ ਏ ਦੇ ਇਕੁਅਲ, ਅਤੇ ਐਂਗਲ 3 ਪਲੱਸ ਐਂਗਲ 4 ਕਿਹਦੇ ਇਕੁਅਲ ਆ ਐਂਗਲ, ਵੀ ਦੇਖੋ ਆਹ ਵਾਲਾ ਐਂਗਲ ਕੱਢਿਆ ਨਾ, ਇਹ ਸਾਰਾ ਦੁਬਾਰਾ ਤੁਹਾਨੂੰ ਸਵਾਲ ਇੱਦਾਂ ਹੀ ਸੋਲਵ ਕਰਨਾ ਪੈਣਾ, ਕਰਨ ਦੀ ਲੋੜ ਨਹੀਂ, ਤੁਸੀਂ ਇੱਦਾਂ ਲਿਖ ਸਕਦੇ ਹੋ ਕਿ ਬਈ ਇਹਨੂੰ ਦੁਬਾਰਾ ਇੱਦਾਂ ਸੋਲਵ ਕਰਨ 'ਤੇ, ਠੀਕ ਹੈ, ਤੁਸੀਂ ਇੱਦਾਂ ਸਾਰਾ ਲਿਖ ਸਕਦੇ ਹੋ, ਇਸ ਤਰ੍ਹਾਂ ਅਸੀਂ ਸਿੱਧ ਕਰ ਸਕਦੇ ਹਾਂ, ਇੱਦਾਂ ਲਿਖ ਸਕਦੇ ਹਾਂ ਕਿ ਇਸ ਤਰ੍ਹਾਂ ਸਿੱਧ ਕਰਨ 'ਤੇ ਮੈਨੂੰ ਮਿਲ ਜਾਏਗਾ। ਤਾਂ ਉਹ ਤੋਂ ਬਾਅਦ ਐਂਗਲ 1 ਪਲੱਸ ਐਂਗਲ 2 ਮੇਰੇ ਕੋਲ ਕੀ ਆ ਗਿਆ, ਐਂਗਲ P ਦੇ, ਅਤੇ ਐਂਗਲ P ਇਹ ਕਿਹਦੇ ਕੋਲ ਆ ਗਿਆ, ਇਹ ਐਂਗਲ P ਦੇ ਕੋਲ ਆ ਗਿਆ। ਮੈਂ ਸਟਾਰਟਿੰਗ 'ਚ ਪਹਿਲਾਂ ਇਹੀ ਚੀਜ਼ ਕਹੀ ਸੀਗੀ ਵੀ ਜੇ ਮੈਂ ਐਂਗਲ A ਐਂਗਲ P ਦੇ ਕੋਲ ਕਰ ਲਵਾਂ, ਜਾਂ ਮੈਂ ਸਾਈਡ 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 ਕਰ ਲਵਾਂ, ਜਾਂ ਸਾਈਡ ਐਂਗਲ ਸਾਈਡ ਕਰ ਲਵਾਂ। ਅੱਛਾ, ਆ ਦੋ ਚੀਜ਼ਾਂ ਤਾਂ ਮੈਨੂੰ ਰੇਸ਼ੋ ਗਿਵਨ ਹੀ ਸੀਗੀਆਂ, ਮਤਲਬ AB/PQ ਤਾਂ ਮੈਨੂੰ ਗਿਵਨ ਹੀ ਸੀਗੀ, ਅਤੇ ਉਹ ਤੋਂ ਬਾਅਦ AC/PR ਤਾਂ ਮੈਨੂੰ ਗਿਵਨ ਹੀ ਸੀਗੀ। ਤਾਂ ਮੈਂ ਐਂਗਲ A ਕਿਹਦੇ ਇਕੁਅਲ ਪ੍ਰੂਵ ਕਰ ਲਿਆ, ਐਂਗਲ P ਦੇ। ਤਾਂ ਆਹ ਸਾਈਡ ਐਂਗਲ ਸਾਈਡ, ਹੈ ਨਾ, ਇਹਦੇ ਵਿੱਚ ਇਨਕਲੂਡ ਐਂਗਲ, ਹੈ ਨਾ, ਸਾਈਡਾਂ ਦੇ, ਮਤਲਬ AB
बाय पी क्यू की रेशियो तो ए सी बाय पी आर की रेशियो विच एंगल पी आ गया। क्लीयर चीज़ तो यह साइड 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 की समरूपता के नाल की हो गया साइड साइड सॉरी साइड एंगल साइड की समरूपता के नाल की हो गया असीं नूं की कर लिया समरूफ प्रूव कर लिया। क्लीयर चीज़ एक क्वेश्चन सी मेरे को 14th हुण आप 15th क्वेश्चन देखते हैं। फिफ्टीन क्वेश्चन कहता 6 मीटर लंबाई वाले एक लंब रूप विच खड़े खंबे की जमीन ते परछावें की लंबाई 4 मीटर है जो कि उसके एक मीनार के परछावें की लंबाई 28 मीटर है मीनार की ऊंचाई पता करो 6 मीटर की लंबाई वाला एक लंब रूप की है खंबा है जी जमीन ते परछावें की उपर उच कि 4 मीटर पैंती पी है जो कि उस समय एक मीनार कोई होर मीनार भी हैगी है पता नहीं कि उची है नहीं पता तो वो परछावें की लंबाई कि मेरे को 28 मीटर आ बोलो मैं नहीं पता मीनार की ऊंचाई पता करो जी दूजी मीनार है वो की पता करो ऊंचाई में पता करो। क्लीयर चीज़ है क्वेश्चन समझ आना चाहिए मैथ के क्वेश्चन समझ आ गया सॉल्व हो जाएगा। 6.3 15th क्वेश्चन कहता भी 6 मीटर लंबाई वाले एक लंब रूप विच खड़े जमीन के खंबे 6 मीटर की वो लंबाई है लंब रूप से खड़े तो मतलब इतने एंगल की बना रहा 90 बना रहा जो परछावा है वो मेरे को किन्ना है 4 मीटर एक होर बेचारा खड़ा है खंबा धुप के कि होगी तो को सारा दिन धुप्प खड़ा के रखे हुआ से जिनू तो वो परछावें की लंबाई दसती 28 मीटर है पर यह नहीं दसिया ऊंचाई किनी है ये ऊंचाई पता करो। क्लीयर चीज़ मान लो आप मान लें ए डैश बी डैश सी डैश तुसी पी क्यू आर भी ले सकते कोई चक्कर नहीं है ठीक है इतने ले लें ए बी ते सी। क्लीयर चीज़ एक गल तो पक्की है हुण देखो इदा समझण वाली गल है आप धरती तो इदा खड़े हैं है ना तो जो तुसी इत्थे खड़ के आसमान दे विच देखदे हो तो सूरज इदा जांदा है ना पूरब तो पछम वल नूं जांदा है क्योंकि साड़ी धरती किदां घूमती है साड़ी धरती घूमती है पछम तो पूरब वल तो जो सानू जिहड़ी साड़ी धरती है मान लो धरती है ना एक किधर नूं घूमती है पछम तो पूरब वल नूं घूमती है तो यह सन आ रहा सूरज तो जो घूमेगी तो सब तो पहला की होंगे तुहाडे रोशनी पहुँचती है ना इधर रोशनी पहुँचती है थानू इदा लगता है भी सूरज घूम रहा है पर जिहड़ी साड़ी धरती है यह जाती पी है पूर्व तो पछम वल नूं पर लगता सूरज आता पाया पर इदा नहीं हो रहा हूँ जो इतने जावे तो मान लो किसी टाइम सूरज इतने चमक रहा है उपर ठीक है मान लो इतने 12 बजे से 12 बजे बिल्कुल इदा धुप्प पै रही थी पर इतने मान लो 1 बज गया 1 बजया तो ही कुछ परछावा बनता पैना 12 बजे तो सिर के उत्ते सूरज चमक रहा है तो परछावा नहीं बनेगा तो इतने परछावा बनना चाहिए तो जो परछावा बनता पाया इतने एक बिल्डिंग सी है ना जी जी सूरज की किरण इतों आ रही थी ये कोई कोण बना के इदा गिरती पी सी तो ही इतने का परछावा बनता पाया मतलब यदि सारे पिछे ये इदा सूरज दिरण पै रही ने हूँ एक होर मीनार सी वे भी इदा ही गिरदिया पे किरण है ना वो भी इदा ही पिछे पै रही ने किरण सारिया तो वो पिछे पैन करके इतने की हो रहा यदि 28 मीटर परछावा बनता पाया। क्लीयर चीज़ समझ आई ना गल तो जे मैं इतने सूरज में बना लव फिर तो इतने कोई कोण बनता होएगा तो इतने सूरज में बना लव तो इतने भी कोई कोण बनता होएगा। क्लीयर है ना चीज़ यह क्लीयर है चीज़ यह तो जो कोण बनता होएगा तो सूरज जो देखा जाए जो मैं इतों खड़ के देखा इतों खड़ के मैं देखा तो आ जो कोण है तो इतने खड़ के देखा आ जो कोण है बराबर होएगा। क्लीयर ना चीज़ है तो इस करके आप लिख सकते हैं भी ट्राएंगल ए बी सी ट्राएंगल ए डैश बी डैश सी डैश के ट्राएंग एंगल ए बी सी इक्वल होएगा एंगल ए डैश बी डैश सी डैश दे। क्लीयर चीज़ तो एंगल पहला बी तो बी डैश तो इक्वल हो गए क्योंकि वह कि ने दोनों 90 डिग्री दे दोनों की हो गए 90 डिग्री दे। दूजी चीज़ मेरे को की होगी हूँ एंगल सी के इक्वल आ गया एंगल सी दे पर जो एक्चुअली की है एंगल ए सी बी इक्वल है एंगल ए डैश सी डैश बी डैश दे है ना तो दोनों की एंगल एंगल जो समरूपता का नियम लगाया मैं नियम नाल ये दोनों त्रिभुजा मेरे को हो गई समरूप हो गई तो जिहड़ी त्रिभुजा समरूप होंदिया ने उन्होंने भुजावान का अनुपात बराबर होंगे है ना बस यही गल है ना तो हम इतों ही असं सवाल सॉल्व कर लेना तो उन्होंने भुजावान का अनुपात ले लें तो इस करके ट्राएंगल ए बी सी समरूप होगी ट्राएंगल
ए डैश बी डैश सी डैश दे, तो इस करके ए बी की रेशो लिती जाती है, ए बी की रेशो ले लें ए डैश बी नाल बी डैश नाल, तो दूजी रेशो ले लें बी सी बाय बी डैश सी डैश। जे किसी के दिमाग में क्वेश्चन आ रहा सर ए डैश ए सी भी तो ए डैश सी डैश के इक्वल हैगी तीजी भुजा भी, हाँ है, पर असी नहीं लैनी क्योंकि असी उसकी वैल्यू का कोई लेना देना नहीं। जे सानू उन्हें भी हाइपोटेन्यूज पता करने को क्या होंदा है ना, भी पता करो कहना फिर असी पता करते, करण पता करन सानू कहिंदा भी करण पता करो, फिर असी बी सी ना लैके ए सी की रेशियो लेंदे। क्लीयर जी, इस तरीके करते हैं ट्रिग्नोमैट्री मैं तुम्हें डिटेल समझा दूंगा ये कि चीज़ा चलदियाँ ने सारिया। क्लीयर जी, तो ए बी की वैल्यू देखो थोड़े को ए बी की वैल्यू थोड़े को एच, इतने मैं ए बी कि लिया एच, तो ए डैश बी डैश ए डैश बी डैश कि ले लिया, मैं इतने ले लिया ए ए बी मेरे को एच, तो ए डैश बी डैश मैं कि ले सकता है छे, तो बी सी मेरे को इतने कि अठाई, तो हाँ मेरे को कि चार। क्लीयर चीज़, तो एच इधर रह जाएगा अठाई गुणा छे गुणा चार, तो जाग लिया चार दे नाल इहनू करके देखो सत्तू चौक अठाई तो सत्तू छीक 42 मीटर तो डगे आ गया आंसर आ गया। सौखा जहा क्वेश्चन सीगा। क्लीयर चीज़, बस आ कंसैप्ट दिमाग रखना सी तुसीं किस तरीके नाल उहदे उत्ते परछावां उहदा पै रहा है, ठीक है, बिल्डिंग के उत्ते। नैक्सट क्वेश्चन देखते हैं कि साडे कोल लास्ट क्वेश्चन है। कहिंदा एक त्रिभुज है ए डी ए ते पी एम त्रिभुजां ए बी सी पी क्यू आर की क्रमवार मधिकावान हैं, हूँ भी फिर कि ने मधिकावान मीडिया हैं, जदों कि ट्रायंगल ए बी सी पी क्यू की आर है, पहले कहता भी सिमिलर है, प्रूव करो आ चीज़ा भी उन्हों जो अनुपात हो बराबर होने, पर उन्हें मैं दो त्रिभुजा भी मैंने की देती भी समरूप देती ने, जो समरूप देती ने उन्होंने एंगल भी इक्वल हो गए, सब कुछ इक्वल होएगा है ना। सिक्स पॉइंट थ्री सिक्सटीनथ क्वेश्चन, ये लास्ट क्वेश्चन है, एक्सरसाइज खत्म हो जाएगी तो बाद। कहिंदा भी दो त्रिभुजा ने ए बी सी ते पी क्यू आर, ए बी सी ते पी क्यू आर दो त्रिभुजा ने जिदे विच ए डी ते पी एम मेरे कोल कि ने मधिकावान हैं, जदों कि ए बी सी जो ट्रायंगल है वह सिमिलर है ट्रायंगल पी क्यू आर दे, एक ही है मैनू गिवन है, तो सिद्ध की करना मैं ए बी बाय पी क्यू ए डी बाय पी एम, ठीक है, ए बी बाय पी क्यू दिख गया तुम्हें कितने आ, मतलब ए बी बाय पी क्यू तो ए डी बाय पी एम, ये प्रूव करना जे मधिकावान ने है ना, तो कि ये 90 डिग्री का कोण बना रही होनगियां कि नहीं बना रही होनगियां, तुसी ये थोड़ा जा देखना है, सर्च मारनी है मीडियन ते सर्च मारनी है यूट्यूब ते या फिर अपने गूगल दे विच जाके तुसी मीडियन नू समझना की चीज़ हैगी, ठीक है, इहनू सर्च मारनी है भी देखना की हैगा, वह तुहानू दस देना एक mathisfun.com है, mathisfun.com ते जाके तुसी देख सकदे हो, उहदे विच खोलियो फिर डिक्शनरी ते जाना है, डिक्शनरी तो जाके उत्थे आ जाएगा तुहाडे कोल मीडियन, उहदे च जाके इहनू सारा डिटेल से समझ कर लियो की है मीडियन का पंजाबी नाम की है मधिकावान, ठीक है, इन्हें याद रख लियो। हूँ उस तो बाद ये दोनों ट्रायंगल मैंने की दी सिमिलर दी, ये दोनों ट्रायंगल सिमिलर दी मैंने तो ए बी समरूप दी, तो मतलब ए बी बाय पी क्यू इज इक्वल टू ए सी बाय पी आर एंड बी सी बाय क्यू आर होना चाहिए मेरे को, चीज़ होनी चाहिए ने क्योंकि समरूप त्रिभुजा दी संगत भुजावां समान अनुपाति होंदियां ने। क्लीयर चीज़, पर जो हम मैं देखा जोड़ा बी सी है तो क्यू आर वो फिर ही मेरे को बनेगा, तो हूँ तो बाद मैं ए बी बाय पी क्यू तो ए सी बाय तो जोड़ा मेरे को इतने की है बी सी बाय तो जो मेरे को बी सी बाय सॉरी आप दोबारा शुरू करते हैं सामने ये थोड़ी जी कन्फ्यूजन होगी लिखन के कन्फ्यूजन आ जानी है, तो पहली चीज़ मेरे को है ए बी बाय पी क्यू, दूजी चीज़ मेरे को है बी सी बाय इदा क्लॉक एंटी क्लॉक वेस्ट चलते चलते हैं बी सी बाय क्यू आर, तो तीजी चीज़ मेरे को है ए सी बाय पी आर, ये चीज़ गिवन है मैंने, तो हूँ जी बी सी है मेरे को बी सी बाय क्यू आर है इतने डी मधिका है, ठीक है, तो जो बी डी होएगा है ना, जे मैं बी सी का हाफ कर दिना है
ਉਹੀ ਗੱਲ ਆ ਗਈ ਇੱਥੇ, ਜੇ ਮੈਂ ਬੀ ਸੀ ਦਾ ਹਾਫ ਕਰ ਦਿੰਦਾ ਹੈ ਅਤੇ ਉਧਰ ਵਿੱਚ ਕਿਊ ਆਰ ਦਾ ਹਾਫ ਕਰ ਦਿੰਦਾ ਹੈ ਤਾਂ ਮੈਨੂੰ ਕੀ ਮਿਲੇਗਾ? ਬੀ ਸੀ ਦਾ ਹਾਫ ਕਰਕੇ ਮੈਨੂੰ ਕੀ ਮਿਲੇਗਾ? ਬੀ ਡੀ, ਅਤੇ ਕਿਊ ਆਰ ਦਾ ਹਾਫ ਕਰਕੇ ਮਿਲੇਗਾ, ਮੈਨੂੰ ਮਿਲੇਗਾ ਕਿਊ ਐਮ। ਤਾਂ ਏ ਬੀ ਬਾਏ ਪੀ ਕਿਊ ਇਜ਼ ਇਕੁਅਲ ਟੂ, ਮੈਂ ਬੀ ਸੀ ਨੂੰ ਇੱਦਾਂ ਲਿਖ ਸਕਦਾ, ਬੀ ਸੀ ਬਾਏ ਟੂ ਡਿਵਾਈਡ ਬਾਏ ਕਿਊ ਆਰ ਬਾਏ ਟੂ ਇਜ਼ ਇਕੁਅਲ ਟੂ ਏ ਸੀ ਬਾਏ ਪੀ ਆਰ। ਇਹ ਤੱਕ ਸਮਝ ਆ ਗਿਆ ਜੀ? ਇੱਦਾਂ ਲਿਖ ਸਕਦਾ ਨਾ ਇਹਨੂੰ। ਤਾਂ ਉਸ ਤੋਂ ਬਾਅਦ ਹੁਣ ਮੈਨੂੰ ਪਤਾ ਸੀ ਆਹ ਚੀਜ਼ ਹੋ ਸਕਦੀ ਆ, ਤਦੀ ਮੈਂ ਵੈਲਿਊ ਲਿਖ ਸਕਦਾ। ਤਾਂ ਏ ਬੀ ਬਾਏ ਪੀ ਕਿਊ ਇਜ਼ ਇਕੁਅਲ ਟੂ ਇਹਨੂੰ ਕਿੱਦਾਂ ਬਣਾਇਆ ਜਾ ਸਕਦਾ? ਬੀ ਡੀ ਬਾਏ ਕਿਊ ਐਮ ਇਜ਼ ਇਕੁਅਲ ਟੂ ਏ ਸੀ ਬਾਏ ਪੀ ਆਰ। ਕਲੀਅਰ ਚੀਜ਼? ਠੀਕ ਹੈ ਜੀ। ਹੁਣ ਜਿਹੜੀ ਦੋਨੋਂ ਤ੍ਰਿਭੁਜਾਂ ਨੇ ਕਿਹੜੀ ਕਿਹੜੀਆਂ? ਏ ਬੀ ਡੀ, ਹੁਣ ਇੱਥੇ ਉਹਨੇ ਮੈਨੂੰ ਕਿਹਾ ਸੀ ਏ ਬੀ ਸੀ ਅਤੇ ਪੀ ਕਿਊ ਆਰ, ਆਹ ਦੋਨੋਂ ਤ੍ਰਿਭੁਜ ਹੈਗੇ ਨੇ ਸਮਰੂਪ ਨੇ, ਤਾਂ ਮੇਰਾ ਜਿਹੜਾ ਐਂਗਲ ਬੀ ਹੋਏਗਾ ਉਹ ਐਂਗਲ ਜਿਹੜੀ ਸੰਗਤ ਕੋਣ ਹੋਣਗੇ ਬਰਾਬਰ ਹੋਣਗੇ। ਤਾਂ ਐਂਗਲ ਜਿਹੜਾ ਬੀ ਹੈ ਉਹ ਕਿਹਦੇ ਕੋਲ ਹੋਏਗਾ? ਉਹ ਕਿਹਦੇ ਕੋਲ ਹੋਏਗਾ? ਐਂਗਲ ਕਿਊ ਦੇ, ਕਿਉਂਕਿ ਤ੍ਰਿਭੁਜ ਏ ਬੀ ਸੀ ਸਮਰੂਪ ਹੈ ਤ੍ਰਿਭੁਜ ਪੀ ਕਿਊ ਆਰ ਦੇ, ਕਿਉਂਕਿ ਸੰਗਤ ਕੋਣ ਬਰਾਬਰ ਹੁੰਦੇ ਨੇ। ਠੀਕ ਹੈ ਜੀ, ਇਸ ਤਰੀਕੇ ਨਾਲ ਲਿਖ ਸਕਦਾ। ਤਾਂ ਹੁਣ ਏ ਡੀ ਬਾਏ ਪੀ ਕਿਊ ਦੇਖੋ, ਏ ਬੀ ਬਾਏ ਪੀ ਕਿਊ, ਅੱਛਾ ਏ ਬੀ ਬਾਏ ਪੀ ਕਿਊ ਇਹਦੇ ਵਿੱਚ ਆ ਰਿਹਾ ਹੈ। ਦੂਜੀ ਚੀਜ਼ ਮੇਰੇ ਕੋਲ ਕੀ ਆ ਸਕਦੀ ਹੈ? ਬੀ ਡੀ ਬਾਏ ਕਿਊ ਐਮ, ਬੀ ਡੀ ਬਾਏ ਕਿਊ ਐਮ। ਠੀਕ ਹੈ, ਤਾਂ ਆਹ ਵੀ ਮੇਰੇ ਕੋਲ ਚੀਜ਼ ਆ ਰਹੀ ਹੈ। ਇਹਨਾਂ ਦੇ ਵਿਚਕਾਰ ਵਾਲਾ ਕੌਣ? ਏ ਬੀ ਬਾਏ ਬੀ ਅਤੇ ਕਿਊ ਵੀ ਮੇਰੇ ਕੋਲ ਕੀ ਆ ਰਿਹਾ? ਤਾਂ ਇਸ ਤਰੀਕੇ ਨਾਲ ਸਾਈਡ ਐਂਗਲ ਸਾਈਡ ਸਮਰੂਪਤਾ ਦੇ ਨਾਲ ਮੇਰੇ ਕੋਲ ਕੀ ਹੋ ਗਿਆ? ਟ੍ਰਾਇਐਂਗਲ ਏ ਬੀ ਡੀ ਸਮਰੂਪ ਹੋ ਗਈ ਟ੍ਰਾਇਐਂਗਲ ਪੀ ਕਿਊ ਐਮ ਦੇ। ਕਲੀਅਰ ਚੀਜ਼ ਇਹ, ਜਿਸ ਕਰਕੇ ਪ੍ਰੂਵ ਹੋ ਗਈ ਇਹ ਸਮਰੂਪ ਹੋ ਗਈ, ਇਹ ਵਾਲੀ ਏ ਬੀ ਡੀ ਸਮਰੂਪ ਹੋ ਗਈ ਟ੍ਰਾਇਐਂਗਲ ਪੀ ਕਿਊ ਐਮ ਦੇ ਸਮਰੂਪ ਹੋ ਗਈ, ਜਦੋਂ ਪ੍ਰੂਵ ਹੋ ਰਹੇ ਪ੍ਰੂਵ ਸਮਰੂਪ ਹੋ ਜਾਣਗੀਆਂ। ਤਾਂ ਉਸ ਤੋਂ ਬਾਅਦ ਫਿਰ ਜਿਹੜਾ ਏ ਬੀ ਬਾਏ ਪੀ ਕਿਊ ਉਹ ਵੀ ਇਕੁਅਲ ਹੋ ਜਾਏਗਾ ਏ ਡੀ ਬਾਏ ਪੀ ਐਮ ਦੇ। ਕਿਉਂ? ਕਿਉਂਕਿ ਆਹ ਦੋਨੋਂ ਛੋਟੇ ਤ੍ਰਿਭੁਜਾਂ ਏ ਬੀ ਡੀ ਸਮਰੂਪ ਹੋ ਗਈ ਸੀਗੀ ਪੀ ਕਿਊ ਐਮ ਦੇ। ਜੇ ਦੋਨੋਂ ਸਮਰੂਪ ਹੋ ਗਏ ਸੀ, ਦੋਨੋਂ ਭੁਜਾਵਾਂ ਸੰਗਤ ਭੁਜਾਵਾਂ ਸੀ ਜਿਹੜੀ, ਉਹਨਾਂ ਦੀ ਜਿਹੜੀ ਰੇਸ਼ੋ ਹੋਏਗੀ ਉਹ ਵੀ ਕੀ ਹੋ ਜਾਏਗੀ? ਸਮਾਨ ਅਨੁਪਾਤੀ ਹੋ ਜਾਏਗੀ। ਤਾਂ ਏ ਬੀ ਬਾਏ ਪੀ ਕਿਊ ਅਤੇ ਏ ਡੀ ਬਾਏ ਪੀ ਐਮ ਇਹ ਸਮਾਨ ਅਨੁਪਾਤੀ ਹੋ ਗਈਆਂ, ਅਤੇ ਅਸੀਂ ਏ ਬੀ ਬਾਏ ਪੀ ਕਿਊ ਅਤੇ ਏ ਡੀ ਬਾਏ ਪੀ ਐਮ ਹੀ ਪ੍ਰੂਵ ਕਰਨਾ ਸੀਗਾ। ਕਲੀਅਰ ਚੀਜ਼? ਦੇਖੋ ਇਹੀ ਚੀਜ਼ਾਂ ਨੇ ਜੇ ਤੁਹਾਨੂੰ ਸਮਰੂਪ ਦਿੱਤਾ, ਜੇ ਤ੍ਰਿਭੁਜ ਸਮਰੂਪ ਦਿੱਤੀ ਹੈ ਨਾ, ਕੌਣ ਤ੍ਰਿਭੁਜ ਸਮਰੂਪ ਦਿੱਤੀ, ਤਾਂ ਉਹਦੀ ਜਿਹੜੀ ਭੁਜਾਵਾਂ ਨੇ ਉਹ ਕਹਿਣਗੇ ਵੀ ਪ੍ਰੂਵ ਕਰੋ ਸਮਾਨ ਅਨੁਪਾਤੀ ਨੇ। ਜੇ ਭੁਜਾਵਾਂ ਸਮਾਨ ਅਨੁਪਾਤੀ ਦਿੱਤੀਆਂ, ਜੇ ਆਹ ਗਿਵਨ ਹੈ, ਤਾਂ ਕਹਿਣਗੇ ਤ੍ਰਿਭੁਜਾਂ ਸਮਰੂਪ ਕਰੋ। ਅਤੇ ਜੇ ਭੁਜਾਵਾਂ ਸਮਾਨ ਅਨੁਪਾਤੀ ਹੋਣਗੀਆਂ, ਉਹਦੇ ਵਿੱਚ ਤੁਹਾਨੂੰ ਇੱਕ ਐਂਗਲ ਲੱਭਣਾ ਪੈਣਾ ਹੈ, ਤਾਂ ਸਾਈਡ ਐਂਗਲ ਸਾਈਡ ਦੀ ਪ੍ਰੋਪਰਟੀ ਹੋ ਜਾਏਗੀ। ਕਲੀਅਰ ਜੀ? ਬਸ ਇੱਦਾਂ ਹੀ ਸਾਰੇ ਸਵਾਲ ਸੋਲਵ ਕਰਨੇ ਸੀਗੇ। ਇਹ ਤੋਂ ਬਾਅਦ ਨੈਕਸਟ ਟੋਪਿਕ ਸਾਡੇ ਕੋਲ ਹੈਗਾ ਹੈ ਸਮਰੂਪ ਤ੍ਰਿਭੁਜਾਂ ਦਾ ਖੇਤਰਫਲ। ਇਹਨੂੰ ਆਪਾਂ ਬੇਸਿਕਲੀ ਰੀਡ ਕਰ ਲਾਂਗੇ ਸਾਰਿਆਂ ਨੂੰ, ਇਹਨੂੰ ਸਮਝ ਲਾਂਗੇ ਕਿੱਦਾਂ ਹੈ। ਉਹ ਤੋਂ ਬਾਅਦ ਤੁਹਾਡੇ ਕੋਲ ਕੀ ਹੈਗੀ? ਇੱਕ ਪਾਇਥਾਗੋਰਸ ਥਿਊਰਮ ਹੈ ਮੇਰੇ ਖਿਆਲ ਨਾਲ ਇਹਦੇ ਵਿੱਚ। ਠੀਕ ਹੈ, ਸਾਰਾ ਸੋਲਵ ਕਰਕੇ ਹਾਂ, ਸਿਕਸ ਪੁਆਇੰਟ ਫੋਰ ਐਕਸਰਸਾਈਜ਼ ਹੈ, ਫਿਰ ਪਾਇਥਾਗੋਰਸ ਪ੍ਰਮੇਯ ਹੈ, ਪਾਇਥਾਗੋਰਸ ਨੂੰ ਸੋਲਵ ਕਰ ਲਾਂਗੇ, ਅਤੇ ਉਹ ਤੋਂ ਬਾਅਦ ਤੁਹਾਡੀ ਐਕਸਰਸਾਈਜ਼ ਜਿਹੜੀ ਹੋ ਜਾਏਗੀ ਖਤਮ ਹੋ ਜਾਏਗੀ। ਠੀਕ ਹੈ ਜੀ, 6.5 ਪ੍ਰਸ਼ਨਾਵਲੀ ਆ, ਅੱਛਾ ਜੀ, ਉਹਦੇ ਵੀ 17 ਕੁਸ਼ਚਨ ਹੈਗੇ ਨੇ, ਬਹੁਤ ਵੱਡੀ ਆ। ਅਤੇ ਇਹ ਵੀਡੀਓ ਲੈਕਚਰ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਜੇ ਤੁਹਾਨੂੰ ਵੀਡੀਓ ਲੈਕਚਰ ਪਸੰਦ ਆਉਂਦਾ ਤੁਸੀਂ ਲਾਈਕ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ, ਸ਼ੇਅਰ ਜ਼ਰੂਰ ਕਰਿਆ ਕਰੋ। ਠੀਕ ਹੈ ਜੀ, ਤਾਂ ਕਿ ਬਾਕੀ ਬੱਚਿਆਂ ਨੂੰ ਵੀ ਮੈਥ ਪੰਜਾਬੀ 'ਚ ਸਿੱਖਣ ਦਾ ਮੌਕਾ ਮਿਲ ਸਕੇ। ਅਤੇ ਵੀਡੀਓ ਲੈਕਚਰ ਦੇਖਣ ਲਈ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ।